ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਜੂਨ ਦਾ ਮਹੀਨਾ ਆਪਾਂ ਸਾਰਿਆਂ ਨੂੰ ਪਤਾ ਕਿ 84 ਦੇ ਵਿੱਚ ਵੱਡੀ ਪੱਧਰ ਦੇ ਉੱਤੇ ਪ੍ਰੀ ਪਲੇਨ ਦੇ ਨਾਲ ਹਰਿਮੰਦਰ ਸਾਹਿਬ ਅਕਾਲ ਤਖ਼ਤ ਦੇ ਉੱਤੇ ਹਿੰਦੂ ਸਰਕਾਰ ਵੱਲੋਂ ਅਟੈਕ ਕੀਤਾ ਗਿਆ ਸੀ। ਸੈਂਕੜੇ ਹਜ਼ਾਰਾਂ ਹੀ ਸਿੰਘਣੀਆਂ ਬੱਚੇ ਸ਼ਹੀਦ ਹੋਏ ਸੀਗੇ ਅਤੇ ਸਾਡੇ ਪੰਥ ਕਾਬੂ ਇੰਗਲੈਂਡ ਦੇ ਜੋਗਾ ਸਿੰਘ, ਕੋਈ ਉਹਨਾਂ ਦੀ ਇੰਟਰੋਡਕਸ਼ਨ ਕਰਾਉਣ ਦੀ ਲੋੜ ਨਹੀਂ ਗੀ। 3 7 8 ਤੋਂ ਲਾ ਕੇ ਉਹ ਸੇਵਾ ਨਿਭਾ ਰਹੇ ਆ, ਲੀਡ ਕਰ ਰਹੇ ਪੰਥ ਦੇ ਵਿੱਚ, ਅਤੇ ਅੱਜ ਉਹਨਾਂ ਨੂੰ ਤੁਹਾਡੀ ਆਪਾਂ ਸਾਂਝ ਪਾਉਣੀ ਆ ਅਤੇ ਸ਼ਹੀਦਾਂ ਨੂੰ ਆਪਾਂ ਸ਼ਰਧਾਂਜਲੀ ਦੇਣੀ ਹੈਗੀ ਆ ਜਿਨ੍ਹਾਂ ਨੇ ਸੇਵਾ ਕਰਦੇ ਹਾਂ 84 ਦੇ ਵਿੱਚ ਜਾਂ ਬਾਅਦ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਹੈਗੀਆਂ। ਭਾਈ ਜੋਗਾ ਸਿੰਘ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੋਗਾ ਸਿੰਘ, ਤੁਸੀਂ ਮੇਰੇ ਖਿਆਲ ਸਾਰਿਆਂ ਨਾਲੋਂ ਜ਼ਿਆਦਾ ਯੂਰਪ ਦੇ ਵਿੱਚ ਪੁਰਾਣੇ ਗੁਰਸਿੱਖਿਆਂ ਦੇ 78 ਤੋਂ ਲਾ ਕੇ ਤੁਸੀਂ ਜਿਹੜੀ ਖਾਲਸਾ ਰਾਜ ਦੀ ਗੱਲ ਚੱਲੀ ਆ ਜਾਂ 84 ਦੀ ਘਟਨਾ ਤੋਂ ਪਹਿਲਾਂ ਵੀ ਤੁਸੀਂ ਮੇਰੇ ਖਿਆਲ ਸੰਤ ਜਰਨੈਲ ਸਿੰਘ ਨਾਲ ਮਿਲਣ ਵੀ ਗਏ ਸੀਗੇ, ਸੁਖਦੇਵ ਸਿੰਘ ਨਾਲ ਵੀ ਮਿਲੇ ਹੈਗੇ ਆ, ਭਾਈ ਮਹਿੰਗ ਸਿੰਘ ਸ਼ਹੀਦ ਹੋਏ, ਪਹਿਲੇ ਸ਼ਹੀਦ ਹੋਏ ਉਹਨਾਂ ਨਾਲ ਵੀ ਤੁਸੀਂ ਮਿਲੇ ਹੈਗੇ ਆ। ਮੈਂ ਚਾਹੁੰਦਾ ਤੁਸੀਂ 78 ਤੋਂ ਹੀ ਸ਼ੁਰੂ ਕਰੋ ਵੀ ਤੁਸੀਂ ਕਦੋਂ ਕੁ ਸੇਵਾ 'ਚ ਆਏ ਸੀ, ਕਦੋਂ ਕਦੋਂ ਯੋਗਦਾਨ ਪਾਇਆ, ਅਤੇ 84 'ਚ ਜੋ ਸਿੰਘਾਂ ਨੇ ਉੱਥੇ ਤੁਸੀਂ ਉਹਨਾਂ ਨੂੰ ਮਿਲੇ ਆ, ਕੀ ਉਹਨਾਂ ਦੀ ਰਾਏ ਸੀਗੀ ਖਾਲਸਾ ਪੰਥ ਦੇ ਲਈ, ਚੜ੍ਹਦੀ ਕਲਾ ਦੇ ਲਈ, ਥੋੜ੍ਹੀ ਉਹ ਜਾਣਕਾਰੀ ਦਿਓ, ਫਿਰ ਆਪਾਂ 84 ਦੀ ਬਾਅਦ 'ਚ ਗੱਲ ਕਰਦੇ ਹਾਂ। ਅੱਛਾ ਜੀ, 1978 ਦੇ ਵਿੱਚ ਜਦੋਂ ਅੰਮ੍ਰਿਤਸਰ ਦਾ ਸਾਕਾ ਹੋਇਆ, ਹਾਂਜੀ, ਉਦਣ ਹੀ ਦਾਸ ਨੇ ਮਨ ਬਣਾ ਲਿਆ ਸੀਗਾ ਕਿ ਅੰਮ੍ਰਿਤ ਛਕਣਾ ਹੈ, ਤਾਂ ਉਦੋਂ ਪਹਿਲਾਂ ਪਰਿਵਾਰ ਦੇ ਵਿੱਚ ਕੋਈ ਵੀ ਸਾਡੇ ਗੁਰਸਿੱਖ ਨਹੀਂ ਸੀ। ਅੱਛਾ ਅੱਛਾ ਅੱਛਾ, ਉਸ ਘਟਨਾ ਤੋਂ ਬਾਅਦ ਤੁਹਾਨੂੰ ਸਤਿਗੁਰ ਦੀ ਬਖਸ਼ਿਸ਼ ਹੋਈ ਹੈ? ਉਸ ਘਟਨਾ ਨੇ ਜਾਣੀ ਜੀਵਨ ਦਾ ਰੁੱਖ ਮੋੜ ਦਿੱਤਾ, ਧਾਰਮਿਕ ਪਾਸੇ ਨੂੰ ਆ ਗਏ। ਹਾਂਜੀ, ਤੇ ਫਿਰ ਅਖੰਡ ਕੀਰਤਨ ਜਥੇ ਦੇ ਵਿੱਚ ਸਮੂਲੀਅਤ ਹੋ ਗਈ ਤੇ ਗੁਰਬਾਣੀ ਪੜ੍ਹਨ ਸੁਣ ਕੀਰਤਨ ਸੁਣਨ ਦਾ ਬੜਾ ਮੌਕਾ ਮਿਲਿਆ। ਤਾਂ 78ਵੇਂ, ਜੇ ਆਪਾਂ ਕਹਿੰਦੇ ਜਿੰਨਾ ਵੀ ਹੁਣ ਤੱਕ ਸੰਘਰਸ਼ ਲੜਿਆ ਜਾ ਰਿਹਾ, ਮੈਂ ਸੋਚਦਾ ਇਹਦਾ ਮੁੱਢ 78 ਤੋਂ ਵੱਜਾ ਬਿਸ਼ੱਕ ਦੀ ਬਹੁਤ ਵੱਡਾ ਵਿਸ਼ਾਲ ਰੂਪ ਇਹਨੇ 84 ਦੇ ਘੱਲੂਘਾਰੇ ਤੋਂ ਬਾਅਦ ਲਿਆ, ਜਿਹਦੇ ਵਿੱਚ ਸਾਰੀ ਕੌਮ ਇਹਦੇ ਵਿੱਚ ਇਨਵੋਲਵ ਹੋ ਗਈ। ਪਰ ਇਹਦੀ ਸ਼ੁਰੂਆਤ ਆਪਾਂ ਨੂੰ 78 ਤੋਂ ਹੀ ਮੰਨਣੀ ਚਾਹੀਦੀ, ਜਾਂ ਆਪਾਂ ਕਹੀਏ ਕਿ 47 ਤੋਂ ਵੀ ਆਪਾਂ ਕਹਿ ਸਕਦੇ ਹਾਂ। ਤੇ ਕਿਉਂਕਿ ਉਹ ਸਾਰੇ ਜੀਵਨ ਵਾਲੇ ਗੁਰਸਿੱਖ ਸੀ, ਚੜ੍ਹਦੀ ਕਲਾ ਵਾਲੇ ਗੁਰਸਿੱਖ ਸੀ, ਉਹਨਾਂ ਦਾ ਦੁਲਿਆ ਖੂਨਾ ਜਾਈ ਨਹੀਂ ਜਾਣਾ ਸੀ। ਤਾਂ ਬਾਕੀ 1978 ਤੋਂ ਜੇ ਆਪਾਂ ਕਹਿ ਲਈਏ 1992 ਤੱਕ ਜਿੰਨਾ ਤੱਕ ਸੰਘਰਸ਼ ਜ਼ੋਰਾਂ ਤੇ ਰਿਹਾ, ਉਹਨਾਂ ਦੇ ਵਿੱਚ ਬਹੁਤੀ ਗਿਣਤੀ ਉਹਨਾਂ ਸਿੰਘਾਂ ਦੀ ਸੀ ਜਿਹੜੇ ਭਾਈ ਫੌਜਾ ਸਿੰਘ ਜੀ ਦੇ ਸੰਗੀ ਸਾਥੀ ਸੀ ਜਾਂ ਸੰਤ ਜਰਨੈਲ ਸਿੰਘ ਜੀ ਦੇ ਸੰਪਰਕ ਵਿੱਚ ਰਹੇ ਸਿੰਘ, ਉਹਨਾਂ ਦਾ ਵੀ ਜ਼ਿਆਦਾ ਯੋਗਦਾਨ ਰਿਹਾ। ਕਰਕੇ ਇਹ ਸੁਚੇਤ ਸੀ ਆਪਣੀ ਜ਼ਿੰਮੇਵਾਰੀ ਪ੍ਰਤੀ, ਭਾਈ ਫੌਜਾ ਸਿੰਘ ਸੁਚੇਤ ਸੀ ਆਪਣੀ ਜ਼ਿੰਮੇਵਾਰੀ ਪ੍ਰਤੀ। ਜਿੰਨੀਆਂ 70 ਦੀਆਂ ਅਖਬਾਰਾਂ ਉਹਨਾਂ ਦੀ ਕਟਿੰਗ ਜਿਹੜੀਆਂ ਸਿੱਖਾਂ ਦੇ ਖਿਲਾਫ਼ ਸੀ, ਜਿੱਥੇ ਸਿੱਖਾਂ ਨੇ ਵਧੀਕੀ ਹੋਈ, ਭਾਈ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਵੀ ਇਹ ਕਟਿੰਗ ਕਰਕੇ ਰੱਖਦੇ ਹੁੰਦੇ ਸੀ। ਤੇ ਭਾਈ ਸਾਹਿਬ ਹੁਣੀ ਕਾਫੀ ਚਿੱਠੀਆਂ ਆਪਣੇ ਦੋਸਤਾਂ ਨੂੰ ਬਾਹਰਲੇ ਮੁਲਕਾਂ ਚ ਵੀ ਲਿਖੀਆਂ ਜਾਂ ਉੱਥੇ ਪੰਜਾਬ ਦੇ ਵਿੱਚ ਵੀ, ਸਾਰੇ ਭਾਰਤ ਵਿੱਚ ਵੀ ਲਿਖੀਆਂ। ਉਹ ਵੀ ਸਾਰੀਆਂ ਚਿੱਠੀਆਂ ਦੀਆਂ 2 ਫਾਈਲਾਂ ਬੀਬੀ ਅਮਰਜੀਤ ਕੌਰ, ਜਿਹੜੀ ਉਹਨਾਂ ਦੀ ਧਰਮ ਸਪਤਨੀ ਆ, ਉਹਦੇ ਕੋਲ ਹੁੰਦੀਆਂ ਸੀ, ਜਿਹੜੀਆਂ ਮੈਂ 2 ਦਿਨ ਲਾ ਕੇ ਸਾਰੀਆਂ ਪੜ੍ਹੀਆਂ। ਉਹਦੇ ਵਿੱਚੋਂ ਭਾਈ ਫੌਜਾ ਸਿੰਘ ਦੀ ਸ਼ਖਸੀਅਤ ਦੀ ਅਹਿਮ ਝਲਕ ਦੱਸਦੀ ਸੀ। ਭਾਈ ਫੌਜਾ ਸਿੰਘ ਖਾਲਸਾ ਰੰਗ ਦੇ ਮੁੰਡੇ ਹੀ ਸੀ ਤੇ ਉਹ ਚਾਹੁੰਦੇ ਸੀਗੇ ਵੀ ਖਾਲਸਾ ਰਾਜ ਤੋਂ ਬਿਨਾਂ ਪੰਜਾਬ ਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਹੋਣੀ ਬਹੁਤ ਮੁਸ਼ਕਿਲ ਆ, ਕਿਉਂਕਿ ਥੈਂ ਥੈਂ ਡੇਰੇ ਬਣਾ ਦਿੱਤੇ ਗਏ, ਥੈਂ ਥੈਂ ਗੁਰੂ ਡੰਮ ਚਲਾ ਦਿੱਤੇ ਗਏ। ਜਿਹੜਾ ਵੀ ਸਿੱਖਾਂ ਦੇ ਖਿਲਾਫ਼ ਕੋਈ ਧੜਾ ਜਾਂ ਗੁਰੂ ਡੰਮ ਜਾਂ ਕੋਈ ਵਿਰੋਧੀ ਏਦਾਂ ਦਾ ਗਰੁੱਪ ਖੜਾ ਹੁੰਦਾ, ਸਰਕਾਰ ਉਹਨੂੰ ਸਹਿ ਦਿੰਦੀ ਆ, ਉਹਨੂੰ ਤਕੜਾ ਕਰਨ ਦੀ ਕੋਸ਼ਿਸ਼ ਕਰਦੀ ਆ ਕਿ ਉਹ ਸਿੱਖਾਂ ਦੇ ਵਿਰੁੱਧ ਵੀ ਸਿੱਖ ਆਪਸ ਚ ਹੀ ਲੜਾਈ, ਘਰੇਲੂ ਫਿਰਕਿਆਂ ਦੀ ਲੜਾਈ ਚ ਫਸ ਕੇ ਰਹਿ ਜਾਣ। ਤੇ ਫਿਰ ਉਦੋਂ ਬਾਅਦ ਜਦੋਂ ਸਿੰਘਾਂ ਨੂੰ ਇਨਸਾਫ਼ ਨਹੀਂ ਮਿਲਿਆ 78 ਦੇ ਵਿੱਚ, ਤਾਂ 81 ਦੇ ਵਿੱਚ ਫਿਰ ਸਿੰਘਾਂ ਨੇ ਐਕਸ਼ਨ ਕਰਨੇ ਸ਼ੁਰੂ ਕਰ ਦਿੱਤੇ ਤੇ ਇਹ 35 ਕੁ ਬੰਦਿਆਂ ਦੇ ਜਿਹੜੇ ਐਕਸ਼ਨ ਕੀਤੇ ਸੀ
ਬੱਬਰ ਸਿੰਘਾਂ ਨੇ ਇਹ ਵੀ ਜ਼ਿੰਮੇਵਾਰੀ ਲੈ ਲਈ ਸੀ ਇਹ ਭਾਰਤ ਜਿਹੜੇ ਉਹ ਵਿੱਚ। ਨਿਰੰਕਾਰੀ ਸੰਤ ਨਿਰੰਕਾਰੀ ਸੀ ਜਿਨ੍ਹਾਂ ਨੇ ਆਪਣੇ ਅੰਮ੍ਰਿਤਸਰ ਦੇ ਵਿੱਚ ਘੜਨਾ 6 ਸਾਲ ਲਿਆ ਸੀ, ਜਾਂ ਉਹਨਾਂ ਦੇ ਮੁਖੀ ਸੀਗੇ ਇਹ, ਹਾਂਜੀ ਹਾਂਜੀ ਜਿਨ੍ਹਾਂ ਜਿਨ੍ਹਾਂ ਨੂੰ ਹਾਂਜੀ ਉਹਨਾਂ ਨੂੰ ਫਿਰ ਇਹਨਾਂ ਨੇ ਆਪਣਾ ਗਰੁੱਪ ਬਣਾ ਕੇ ਆਪਣੇ ਆਪ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ, ਕਿਉਂਕਿ ਜੇ ਤਾਂ ਕੋਰਟ ਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਜਾਂਦੀ ਕੇਸ ਉਹਨਾਂ ਸੀ, ਹਰਿਆਣਾ ਹੀ ਚੱਲਿਆ ਸੀ ਤੇ ਉਹ ਸਾਰੇ ਬਰੀ ਕਰਦੇ ਸੀਗੇ ਉੱਥੋਂ। ਹਾਂਜੀ ਫਿਰ ਸਾਰਿਆਂ ਦਾ ਮਨ ਠੰਡਾ ਹੋ ਜਾਣਾ ਸੀ ਨਾ। ਤੇ ਭਾਈ ਨਾਰਾਇਣ ਸਿੰਘ ਜਿਹੜਾ ਇੱਕ ਮਨਿਹਾਸ ਨਿਆਂ ਦਾ ਵਾਸੀ, ਮੈਨੂੰ ਉਹਨੇ ਪਹਿਲੇ ਨਾਮ ਦਾ ਚੇਤਾ ਭੁੱਲ ਗਿਆ, ਉਹ ਇੰਚਾਰਜ ਸੀ ਪੁਲਿਸ ਦਾ ਅੰਮ੍ਰਿਤਸਰ, ਜਾਂ ਜਿਹੜੇ ਪੁਲਿਸ ਇੰਚਾਰਜ ਸੀ ਉਹਨਾਂ ਵਿੱਚੋਂ ਇੱਕ ਸੀ। ਉਹਨਾਂ ਨੇ ਆਪਣੀ ਇੰਟਰਵਿਊ ਵਿੱਚ ਵੀ ਦੱਸਿਆ ਵੀ ਉਹ ਉਹਦੇ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਦੇ ਜਿਹੜੇ ਹੈੱਡਕੁਆਟਰ ਅੰਮ੍ਰਿਤਸਰ, ਖਾਲਸਾ ਦੇ ਵੱਡੇ ਸ਼ੁਭ ਦਿਹਾੜੇ ਤੇ ਉਹਨਾਂ ਨੂੰ ਇਜਾਜ਼ਤ ਦੇਣੀ ਸਰਕਾਰ ਦੀ ਇੱਕ ਕੁਟਨੀਤੀ ਦਾ ਨਮੂਨਾ ਸੀ। ਤੇ ਫਿਰ ਜਦੋਂ ਪਤਾ ਲੱਗਾ ਉੱਥੇ ਹੁੰਦਾ ਜਰਨੈਲ ਸਿੰਘ ਜੀ ਨੇ ਜਿੱਥੇ ਅਖੰਡ ਕੀਤੀ ਜਿੱਥੇ ਪ੍ਰੋਗਰਾਮ ਹੁੰਦਾ ਸੀ ਉਹਨਾਂ ਨੂੰ ਸੁਨੇਹਾ ਭੇਜਿਆ, ਤੇ ਉੱਥੋਂ ਭਾਈ ਫੌਜਾ ਸਿੰਘ ਆਟਾ ਗੁੰਨਦੇ ਸੀ ਉੱਥੇ ਆ ਗਏ, ਤੇ ਭਾਈ ਫੌਜਾ ਸਿੰਘ ਨੇ ਜਿੱਥੇ ਖੰਡ ਸੀ ਉੱਥੇ ਆਏ, ਫਿਰ ਉੱਥੇ ਅਰਦਾਸ ਕੀਤੀ ਗਈ। ਅਰਦਾਸ ਦੇ ਵਿੱਚ ਭਾਈ ਫੌਜਾ ਸਿੰਘ ਜੀ ਨੂੰ ਉਸ ਜਥੇਦਾਰ ਦਾ ਜਥੇਦਾਰ ਬਣਾ ਕੇ ਤੋਰਿਆ ਗਿਆ, ਤੇ ਭਾਈ ਫੌਜਾ ਸਿੰਘ ਨੇ ਬੜੇ ਕੁਰਬਾਨੀ ਵਾਲੇ ਗੁਰਸਿੱਖ ਸੀ, ਉਹਨਾਂ ਨੇ ਲਿਖੀ ਖਿੱਚ ਦਿੱਤੀ। ਇਹ ਵੀ ਉਹ ਮਨਿਹਾਸ ਦੇ ਕਹਿਣ ਦੇ ਮੁਤਾਬਕ ਭਾਈ ਫੌਜਾ ਸਿੰਘ ਨੂੰ ਜਦੋਂ ਜ਼ਖਮੀ ਜਾਂ ਸਿੰਘਾਂ ਦੇ ਨਾਲ ਲੈ ਕੇ ਗਿਆ, ਉਹ 12 ਘੰਟੇ ਬਾਅਦ ਤੱਕ ਉਹ ਜੀਦੇ ਰਹੇ ਸੀ। ਮੈਂ ਜ਼ਖਮੀ ਹੋਣ ਦੇ ਬਾਵਜੂਦ ਉਹਨਾਂ ਨੂੰ ਇਲਾਜ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ। ਸੋ ਸਰਕਾਰ ਦੀ ਕੁੱਟੜਨਾਤੀ ਦੇਖ ਕੇ ਜਿਹੜੇ ਭਾਈ ਫੌਜਾ ਸਿੰਘ ਦੇ ਸੰਗੀ ਸਾਥੀ ਸੀ ਉਹ ਇਕੱਤਰ ਹੋ ਕੇ ਉਹਨਾਂ ਨੇ ਆਪਣੇ ਆਪ ਇਨਸਾਫ਼ ਲੈਣ ਦਾ ਮਨ ਬਣਾ ਲਿਆ, ਤੇ ਉਹਨਾਂ ਨੇ 33 ਜਿਹੜੇ ਉਸ ਉਹਨੇ ਜ਼ਿੰਮੇਵਾਰ ਸੀ ਉਹਨਾਂ ਨੂੰ ਉਹਨਾਂ ਦੀ ਸਿਧਾਈ ਕਰਕੇ ਇਹਦੀ ਅਖਬਾਰਾਂ ਦੇ ਵਿੱਚ ਜ਼ਿੰਮੇਵਾਰੀ ਲੈ ਲਈ ਸੀਗੀ। 82 ਗ੍ਰੇਡ ਗਏ ਤਾਂ 81-82 ਦੇ ਵਿੱਚ, ਮੈਨੂੰ ਹੁਣ ਡੇਟ ਦਾ ਪੱਕਾ ਯਾਦ ਨਹੀਂ, ਪਰ ਇਹਨਾਂ ਬਾਰੇ ਪਤਾ 81 ਨੂੰ ਲੱਗ ਗਿਆ ਸੀਗਾ, ਕਿਉਂਕਿ ਇਹਨਾਂ ਦਾ ਇੱਕ ਸਾਥੀ ਫੜਿਆ ਗਿਆ ਸੀ ਸਰਜੀਤ ਸਿੰਘ ਦਾ ਨਾਂ ਦਾ, ਉਹਦੇ ਵਿੱਚ ਪਤਾ ਲੱਗ ਗਿਆ ਸੀਗਾ ਵੀ ਇਹ ਗ੍ਰੁੱਪ ਕਰਦਾ, ਤਾਂ ਫਿਰ ਇਹਨਾਂ ਨੇ ਆਪਣੇ ਆਪ ਨੂੰ ਜ਼ਿੰਮੇਵਾਰੀ ਅਖਬਾਰਾਂ ਵਿੱਚ ਲੈ ਲਈ ਸੀ। ਸੋ ਉੱਥੋਂ ਗਾਹ ਵੱਧਦਾ ਵੱਧਦਾ ਸੰਘਰਸ਼ ਜਦੋਂ 84 ਦਾ ਸਮਾਂ ਆਇਆ, 84 ਚ ਕੁਦਰਤੀ ਮੈਨੂੰ ਵੀ 83 ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਤੇ ਜਿੰਨਾ ਚਿਰ ਕਿਉਂਕਿ ਜਥੇ ਵਿੱਚ ਰਹਿਣ ਕਰਕੇ ਜਿੱਦਾਂ ਜਥੇ ਦੇ ਸਿੰਘਾਂ ਦੀ ਰੁਚੀ ਹੁੰਦੀ ਆ ਵੀ ਦਰਬਾਰ ਸਾਹਿਬ ਰਹਿ ਕੇ ਕੀਰਤਨ ਸੁਣਨਾ ਅੰਮ੍ਰਿਤ ਵੇਲੇ ਦਾ ਸ਼ਾਮ ਦਾ ਦੁਪਹਿਰ ਦਾ, ਸੋ ਆਨੰਦ ਲੈਣ ਗਏ ਸੀ ਉੱਥੋਂ। ਪਰ ਉੱਥੇ ਜਦੋਂ ਗਏ ਤਾਂ ਇਹਨਾਂ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲ ਗਿਆ, ਭਾਈ ਸੁਖਦੇਵ ਸਿੰਘ ਨੂੰ, ਭਾਈ ਲੋਕ ਸਿੰਘ ਨੂੰ, ਭਾਈ ਸੁਲੱਖਣ ਸਿੰਘ ਨੂੰ, ਸਾਂਝਾ ਨਾਇਕ ਸਿੰਘ ਨੂੰ, ਭਾਈ ਅਮਰੀਕ ਸਿੰਘ ਨੂੰ, ਭਾਈ ਸਵੇਕ ਸਿੰਘ ਨੂੰ, ਭਾਈ ਅਮਰਜੀਤ ਸਿੰਘ ਖੇਮਕਨ, ਭਾਈ ਸੁਰਿੰਦਰ ਸਿੰਘ ਨਾਗੋ ਕੇ, ਹੋਰ ਬਹੁਤ ਸਿੰਘ ਜਿਨ੍ਹਾਂ ਦੇ ਹੁਣ ਨਾਂ ਯਾਦ ਨਹੀਂ, ਤਾਂ ਇਹਨਾਂ ਸਾਰਿਆਂ ਨੂੰ ਜਦੋਂ ਤੁਸੀਂ ਕਿੰਨਾ ਕੁ ਸਮਾਂ ਰਹੇ ਸੀ ਉਸ ਕਿੰਨਾ ਕੁ ਸਮਾਂ ਤੁਸੀਂ ਰਹੇ ਸੀ ਉਦੋਂ? ਉੱਥੇ ਮੈਂ ਰਿਹਾ ਸੀ 7 ਮਹੀਨੇ। 7 ਮਹੀਨੇ? ਹਾਂਜੀ। ਫਿਰ ਤਾਂ ਕਾਫੀ ਲੰਬਾ ਸਮਾਂ ਰਹੇ ਤੁਸੀਂ, ਫਿਰ ਤਾਂ ਲਾਗੇ ਤੋਂ ਤੁਸੀਂ ਉਹਨਾਂ ਦੇ ਨਾਲ ਵਿਚ ਰਹੇ ਨਾ। ਹਾਂਜੀ, ਮੈਂ ਰਿਹਾ ਹੀ ਦਰਬਾਰ ਸਾਹਿਬ ਸੀ ਨਾ, ਉੱਥੇ ਮੈਂ ਗੁਰੂ ਰਾਮਦਾਸ ਕਾਲ ਦੇ ਵਿੱਚ ਕਮਰਾ ਲਿਆ ਸੀ, ਤਾਂ ਉੱਥੇ ਰਿਹਾ, ਜਾਂ ਅਕਾਲ ਤਖ਼ਤ ਤੇ ਮੈਨੂੰ ਕਮਰਾ ਮਿਲ ਗਿਆ ਸੀ, ਉੱਥੇ ਰਿਹਾ। ਸੋ ਇਸ ਕਰਕੇ ਆਪਣੇ ਰੋਜ਼ ਦੇ ਨੇਤਰੇਮ ਤੋਂ ਬਾਅਦ, ਕੀਰਤਨ ਸੁਣਨ ਤੋਂ ਬਾਅਦ ਜਿਹੜਾ ਵਿਹਲਾ ਸਮਾਂ ਹੁੰਦਾ ਸੀ, ਉਹ ਕਿਸੇ ਨਾ ਕਿਸੇ ਸਿੰਘ ਤੋਂ ਕੋਈ ਨਾ ਕੋਈ ਗੱਲ ਸੁਣਨ ਜਾਂ ਪੁੱਛਣ ਦੀ ਟਰਾਈ ਕਰਦੇ ਸੀ, ਕਿਉਂਕਿ ਜਦੋਂ ਤੁਸੀਂ ਨੌਜਵਾਨ ਹੁੰਦੇ ਆ ਤੁਹਾਡੇ ਮਨ ਦੇ ਵਿੱਚ ਕਈ ਵਾਰੀ ਜਿਹੜਾ ਤੁਸੀਂ ਕੰਮ ਕਰਦੇ ਆ ਉਹਦੇ ਉਹਦੇ ਰਿਜ਼ਲਟ ਦਾ ਨਹੀਂ ਪਤਾ ਹੁੰਦਾ, ਤੁਹਾਨੂੰ ਨੌਜਵਾਨਾਂ ਨੂੰ ਚਾਰ ਹੁੰਦਾ ਵੀ ਫਲਾਨੇ ਨੂੰ ਵੀ ਮਿਲਿਆ, ਉਹ ਤੋਂ ਮੈਂ ਪੁੱਛਾਂ, ਫਲਾਨੇ ਨੂੰ ਮਿਲਿਆ ਉਹ ਤੋਂ ਪੁੱਛਾਂ। ਸੋ ਸਾਰਿਆਂ ਨੂੰ ਉਹਨਾਂ ਨੂੰ ਮਿਲ ਕੇ ਸਵਾਲ ਜਵਾਬ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਦੌਰਾਨ ਹੀ ਮੈਨੂੰ ਉੱਥੇ ਕੁੱਝ ਅਜਿਹੇ ਸਿੰਘਾਂ ਦੇ ਗੁਰੂ ਰਾਮਦਾਸ ਰਾਹ ਦੇ ਵਿੱਚ ਮੌਕਾ ਮਿਲਿਆ ਮਿਲਣ ਦਾ, ਜਿਹਨਾਂ ਤੇ ਇੰਨਾ ਪੁਲਿਸ ਤਸ਼ੱਦਦ ਹੋਇਆ ਸੀ, ਉਹਨਾਂ ਦੇ ਨਾਂ ਨੂੰ ਪੱਟੇ ਸੀ, ਉਹ ਦੇਖ ਕੇ ਮੇਰਾ ਮਨ ਬਹੁਤ ਅਪਸੈਟ ਹੋਇਆ। ਮੈਂ ਪਹਿਲੀ ਵਾਰੀ ਪੁਲਿਸ ਦੀ ਕੁੱਟ ਦਾ ਸ਼ਿਕਾਰ ਹੋਏ ਬੰਦਿਆਂ ਨੂੰ ਦੇਖਿਆ ਸੀ, ਕਰਕੇ ਏਦਾਂ ਦੇ ਕਿਸੇ ਕੰਮ ਚ ਕਦੇ ਬਾਹਰ ਨੀ ਪਿਆ ਸੀ। ਤੇ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਨਾਲ ਵੀ, ਉਹਨਾਂ ਨੂੰ ਵੀ ਮਿਲੇ, ਭਾਈ ਅਮਰੀਕ ਸਿੰਘ ਨਾਲ ਮਿਲੇ ਤੁਸੀਂ? ਹਾਂਜੀ, ਸੰਤ ਜਰਨੈਲ ਸਿੰਘ ਨੂੰ ਤਾਂ ਮੈਂ ਸੈਂਕੜੇ ਵਾਰੀ ਮਿਲਿਆ, ਭਾਈ ਅਮਰੀਕ ਸਿੰਘ ਨੂੰ ਬਹੁਤ ਥੋੜੀ ਵਾਰੀ ਮਿਲਣ ਦਾ ਮੌਕਾ ਮਿਲਿਆ, ਭਾਈ ਸਵੇਕ ਸਿੰਘ ਨੂੰ ਵੀ ਮਿਲਿਆ। ਹਾਂਜੀ, ਸੰਤ ਜਰਨੈਲ ਸਿੰਘ ਨੂੰ ਤਾਂ ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ, ਕਿਉਂਕਿ ਉਹ ਰੋਜ਼
ਇੱਕ ਦੋ ਦੀਵਾਨ ਆਪਣੇ ਲਾਉਂਦੇ ਸੀ ਜਿਹੜੇ ਸੰਗਤ ਨੂੰ ਸੰਬੋਧਨ ਕਰਦੇ ਸੀ। ਸੋ ਉਹਨਾਂ ਦੀਵਾਨਾਂ ਦੇ ਪਰਸਨਲੀ ਇਕੱਲਿਆਂ ਨੂੰ ਵੀ ਸਵਾਲ ਜਵਾਬ ਕਰਨ ਦਾ ਮੌਕਾ ਮਿਲਿਆ, ਪੰਜ ਚਾਰ ਵਾਰੀ, ਪਰ ਸੰਗਤੀ ਰੂਪ ਤੋਂ ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ। ਹਾਂਜੀ ਤੇ ਇਹ ਹੁਣ ਆਪਾਂ ਕਰੀਏ 84 ਦੀ, ਜੋ ਤਕਰੀਬਨ ਹੁਣ 35-36 ਸਾਲ ਹੋ ਗਿਆ, 36 ਸਾਲ ਹੋ ਗਿਆ, ਤੇ ਤੁਸੀਂ ਉਦੋਂ ਤੋਂ ਹੀ ਬਾਹਰ ਹਾਦਰਾਰਾ ਮਾਰਦੇ ਆ ਹਰੇਕ ਸਾਲ, ਤੁਸੀਂ ਰੈਲੀਆਂ ਇੰਗਲੈਂਡ ਦੇ ਵਿੱਚ ਤੁਸੀਂ ਲੀਡ ਕਰਦੇ, ਬਾਕੀ ਹੋਰ ਸੰਸਥਾ ਦੇ ਨਾਲ ਰਲ ਕੇ ਕਰਦੇ ਹੈਗੇ ਆ, ਤੇ ਅਜੇ ਵੀ 36 ਸਾਲਾਂ ਬਾਅਦ ਵੀ ਜਿਹੜਾ ਇਨਸਾਫ ਸੀਗਾ ਜਾਂ ਸਰਕਾਰ ਵੱਲੋਂ ਦੇਣਾ ਚਾਹੀਦਾ ਸੀ ਜਾਂ ਸਿੱਖਾਂ ਦੇ ਜਗਮਾਂ ਦੇ ਉੱਤੇ ਇਹਨਾਂ ਨੂੰ ਮਲਮ ਲਾਉਣੀ ਚਾਹੀਦੀ ਸੀ, ਉਹ ਨਹੀਂ, ਕੋਈ ਇਹੋ ਜਿਹਾ ਉੱਦਮ ਕਿਸੇ ਵੀ ਸਰਕਾਰ ਵੱਲੋਂ ਕੀਤਾ ਨਹੀਂ ਗਿਆ ਨਾ? ਨਹੀਂ ਕੀਤਾ ਗਿਆ, ਕਿਉਂਕਿ ਸਰਕਾਰ ਸਿੱਖਾਂ ਨੂੰ ਆਪਣੇ ਲਈ ਖਤਰਾ ਸਮਝਦੀ ਹੈ। ਸਿੱਖਾਂ ਦੇ ਵਿੱਚ ਗੁਰੂ ਮਹਾਰਾਜ ਨੇ ਇੱਕ ਅਜਿਹੀ ਸਪਿਰਿਟ ਭਰ ਦਿੱਤੀ ਆ, ਇਹ ਕਿਸੇ ਦੀ ਗੁਲਾਮੀ ਨਹੀਂ ਮੰਨਦੇ, ਤਾਂ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਦੇ। ਸਰਕਾਰ ਨੂੰ ਇਹ ਗੱਲ ਭਾਉਂਦੀ ਨੀ, ਸਰਕਾਰ ਚਾਹੁੰਦੀ ਆ ਜਿੱਦਾਂ ਬਾਕੀ ਸਾਰੇ ਸਿਰ ਤੁਰ ਕੇ ਜੀ ਜੂਰੀ ਬਣਦੇ ਸਿੱਖ ਵੀ ਬਣ, ਤਾਂ ਸਿੱਖਾਂ ਦੇ ਵਿੱਚ ਗੁਰੂ ਪਾਤਸ਼ਾਹ ਨੇ, ਸੱਚੇ ਪਾਤਸ਼ਾਹ ਨੇ ਇਹ ਇੱਕ ਸਪਿਰਿਟ ਭਰ ਦਿੱਤੀ ਆ ਵੀ ਕਿਸੇ ਨੂੰ ਕਿਸੇ ਦੀ ਅਧੀਨਗੀ ਨੀ ਕਬੂਲ ਕਰਨੀ, ਕਿਸੇ ਨੂੰ ਤੰਗ ਕਰਨਾ ਨੀ, ਕਿਸੇ ਤੋਂ ਤੰਗ ਹੋਣਾ ਨੀ। ਪਰ ਇਹ ਗੱਲ ਤੁਹਾਡੀ ਸਹੀ ਆ, ਅਨਫੋਰਚੁਨੇਟਲੀ ਕਿਸੇ ਵੀ ਸਰਕਾਰ ਨੇ ਆਪਾਂ ਨੂੰ ਇਨਸਾਫ਼ ਨਹੀਂ ਦਿੱਤਾ, ਤਾਂ ਨਾਮ ਰਕਮ ਸਰਕਾਰਾਂ ਦੇਣਾ ਚਾਹੁੰਦੀਆਂ ਹਨ। ਭਾਜੋ ਕਿ ਜਿਹੜੇ ਨਾ ਰਾਜ ਕਰਨਾ ਹੁੰਦਾ ਨਾ, ਉਹਨਾਂ ਦਾ ਕੰਮ ਹੁੰਦਾ ਇਹ ਵੀ, ਜਿਹੜੀ ਕੋਈ ਮਾਰਸ਼ਲ ਕੌਮ ਹੈ ਜਾਂ ਕੋਈ ਵੀ ਕੌਮ ਆ, ਉਹਦੇ ਵਿੱਚ ਵੰਡੀਆਂ ਪਾਉਣੀਆਂ, ਉਹਦੇ ਵਿੱਚ ਡੇਰਾ ਬਾਂਧੋ ਉਭਾਰਨਾ, ਇੱਦਾਂ ਹੀ ਗੋਰਿਆਂ ਵੇਲੇ 100 ਸਾਲ ਰਾਜ ਆ ਪੰਜਾਬ 'ਤੇ, ਉਹ ਨਹੀਂ ਵੀ ਡੇਰਿਆਂ ਦੀ ਸ਼ੁਰੂਆਤ ਉਹਨੇ ਕੀਤੀ ਸੀ, ਬਾਅਦ ਦੇ ਵਿੱਚ ਫਿਰ ਜਦੋਂ ਇੰਡੀਆ ਆਪਾਂ ਕਹਿੰਦੇ ਜ਼ਿਆਦਾ ਆਜ਼ਾਦ ਤਾਂ ਨਹੀਂ, ਸਿੱਖ ਦਾ ਆਜ਼ਾਦ ਨਹੀਂ ਹੋਇਆ ਸੀ, ਇਹ ਨਹੀਂ ਵੀ ਉਹ ਹੀ ਪੋਲਿਸੀ ਨੀਤੀ ਰੱਖੀ ਆ ਵੀ ਇਹਨਾਂ ਦੇ ਵੱਧ ਤੋਂ ਵੱਧ ਡੇਰੇ ਪੈਦਾ ਕਰਕੇ ਇਹਨਾਂ ਵੀਕ ਕਰਤਾ ਜਾਵੇ, ਤਾਂ ਜੋ ਮੁੜ ਕੇ ਇਹਨਾਂ ਦਾ ਰਾਜ ਸੀਗਾ ਇਹਨਾਂ ਰਾਜ ਦੀ ਗੱਲ ਇਹਨਾਂ ਦਿਮਾਗ ਵਿੱਚੋਂ ਹੀ ਨਿਕਲ ਜਾਏ। ਜਿਹੜੇ ਨਾ ਸਿੰਘ ਉੱਥੇ ਕੁਰਬਾਨੀ ਕਰ ਗਏ, ਜਦੋਂ ਉਹਨਾਂ ਦੀ ਗੱਲ ਕਰਦੇ ਆ, ਜਦੋਂ ਹਾਂਜੀ ਉਹਨਾਂ ਦੀਆਂ ਤਸਵੀਰਾਂ ਮਨ ਮੁਹਰੇ ਆਉਂਦੀਆਂ, ਹਾਂਜੀ ਹਾਂਜੀ, ਫਿਰ ਦਿਲ ਭਰ ਜਾਂਦਾ। ਬਹੁਤ ਚੰਗੇ ਕਰਨੀ ਵਾਲੇ ਗੁਰਸਿੱਖ ਸੀ, ਜੀਵਨ ਵਾਲੇ ਗੁਰਸਿੱਖ ਸੀ, ਖਾਸ ਕਰਕੇ ਭਾਈ ਲੋਕ ਸਿੰਘ ਦੇ ਨਾਲ ਜ਼ਿਆਦਾ ਸਮਾਂ ਮਿਲਿਆ। ਮੈਂ ਭਾਈ ਲੋਕ ਸਿੰਘ ਨੂੰ ਜਾਣਦਾ ਨਹੀਂ ਸੀ, ਮੈਂ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਇਸ਼ਨਾਨ ਕਰਨ ਜਾ ਰਿਹਾ ਸੀ, ਤਾਂ ਮੈਂ ਤੌਲੀਆ ਵੀ ਕਛਹਿਰਾ ਮੋਢੇ ਤੇ ਰੱਖਿਆ ਸੀ, ਤਾਂ ਉਹਨਾਂ ਨੇ ਮੈਨੂੰ ਰੋਕ ਕੇ ਕਿਹਾ, ਭਾਈ ਸਾਹਿਬ ਜੀ ਤੁਹਾਡਾ ਕਛਹਿਰਾ, ਤੁਹਾਡੀ ਦਾੜੀ, ਤੇ ਮੈਂ ਇੱਕ ਕਦੇ ਵਿਚਾਰ ਮੰਚ ਚ ਕੀਤੀ ਨਹੀਂ ਸੀ। ਉਹਨਾਂ ਨੇ ਸਮਝਾਇਆ ਜਿਹੜੇ ਕੇਸ ਆ ਇਹਨਾਂ ਦਾ ਸਤਿਕਾਰ ਕਰਨਾ, ਤੇ ਇਹ ਕਛਹਿਰੇ ਉਹਨਾਂ ਨੇ ਰਗੜੇ ਚਾਹੀਦੇ, ਜਾਣੀ ਬੜੇ ਪਿਆਰ ਨਾਲ ਸਮਝਾਇਆ। ਫਿਰ ਨਾ ਉਹਨਾਂ ਨੇ ਮੈਨੂੰ ਕਹਿੰਦੇ ਤੁਸੀਂ ਕਿੱਥੇ ਠਹਿਰੇ, ਮੈਂ ਦੱਸਿਆ, ਉਹਨਾਂ ਨੇ ਮੈਨੂੰ ਇੱਕ ਕਮਰਾ ਲੈ ਕੇ ਦਿੱਤਾ। ਤੁਸੀਂ ਹੈਰਾਨ ਹੋਣਾ, ਮੈਨੂੰ ਪਤਾ ਨੀ ਸੀ ਉਹ ਵਿਅਕਤੀ ਕੌਣ ਆ। ਅੱਛਾ ਅੱਛਾ। ਜਦੋਂ ਕਮਰਾ ਲੈ ਕੇ ਤਾਂ ਖੋਲਿਆ ਵੀ, ਉਹਨੇ ਬਛਾਈ ਵੀ ਉਹਨਾਂ ਨੇ ਮੈਨੂੰ ਕਰਕੇ ਦਿੱਤੀ, ਤਾਂ ਉਹਨੇ ਕਿਹਾ ਵੀ ਮੇਰੇ ਲਾਇਕ ਕੋਈ ਸੇਵਾ ਹੋਈ ਤਾਂ ਦੱਸਣਾ। ਮੈਨੂੰ ਬਾਅਦ ਪਤਾ ਲੱਗਾ ਇਹ ਬੰਦਾ ਕੌਣ ਹੈ। ਅੱਛਾ ਅੱਛਾ। ਜਾਨੀ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀ, ਉਹਨਾਂ ਦੇ ਲਈ ਉਹਨਾਂ ਨੇ ਇੰਨਾ ਕੀਤਾ, ਤਾਂ ਉਹ ਬੜੇ ਬੜੇ ਗੁਰਸਿੱਖ ਸੀ। ਉਹਨਾਂ ਨੇ ਕੁਰਬਾਨੀ ਵੀ ਬਹੁਤ ਵੱਡੀ ਕੀਤੀ, ਉਹਨਾਂ ਦਾ ਗੁਰੂ ਸਾਹਿਬ ਤੇ ਭਰੋਸਾ ਵੀ ਬਹੁਤ ਸੀ, ਦ੍ਰਿੜ ਵਿਸ਼ਵਾਸ ਸੀ। ਅੱਛਾ, ਹੁਣ ਆਪਾਂ ਨੂੰ ਇਨਸਾਫ ਜਿਹੜਾ ਮਿਲਿਆ ਉਹਦੇ ਵਿੱਚ ਸਰਕਾਰ ਨੇ ਤਾਂ ਇਨਸਾਫ ਦੇਣਾ ਨੀ ਹੁੰਦਾ, ਇਨਸਾਫ ਤਾਂ ਲੈਣਾ ਹੁੰਦਾ ਨਾ। ਕੋਈ ਜਿੱਦਾਂ ਮਹਾਰਾਜ ਨੇ ਕਿਹਾ, ਕੋਈ ਕਿਸੇ ਕੋ ਰਾਜ ਨਾ ਦੇ, ਜੋ ਲੈ ਹੈ ਵਿੱਚ ਵੱਧ ਸੇ ਰਹਿ ਗਿਆ ਹੈ, ਰਾਜ ਕਿਸੇ ਨੇ ਦੇਣਾ ਨੀ ਹੁੰਦਾ, ਰਾਜ ਤਾਂ ਤੁਸੀਂ ਆਪਣੀ ਤਾਕਤ ਦੇ ਨਾਲ, ਆਪਣੀ ਬੁੱਧੀ ਦੇ ਨਾਲ ਲੈਣਾ ਹੁੰਦਾ ਨਾ। ਪਰ ਮੈਂ ਮਹਿਸੂਸ ਕਰਦਾ 84 ਤੋਂ ਬਾਅਦ ਸਿੱਖਾਂ ਦੇ ਵਿੱਚ ਆਪਣੇ ਵਿੱਚ ਜਿਹਦੇ ਲਈ ਮੈਂ ਸਾਰੇ ਦੂਜਿਆਂ ਨੂੰ ਨਹੀਂ ਮੰਨਦਾ, ਜਿਹਦੇ ਵਿੱਚ ਆਪਾਂ ਵੀ ਕਿੱਸਾ ਹੈ, ਧੜੇਬੰਦੀ ਜਿਹੜੀ ਉਭਰੀ ਆ ਉਹਨੂੰ ਆਪਾਂ ਖਤਮ ਨੀ ਕਰ ਸਕੇ ਹਨਾ। ਉਹ ਧੜੇਬੰਦੀ ਦੇ ਕਰਕੇ ਆਪਣੀ ਜ਼ਿਆਦਾ ਜਿਹੜੀ ਟੈਨਸ਼ਨ ਆ, ਆਪਣੀ ਜ਼ਿਆਦਾ ਜਿਹੜੀ ਐਨਰਜੀ ਆ, ਉਹ ਆਪਸ ਵਿੱਚ ਹੀ ਜ਼ਿਆਦਾ ਵੇਸਟ ਹੋ ਗਈ ਸਰਕਾਰ ਨੂੰ ਛੱਡ ਕੇ। ਹੁਣ ਵੀ ਅੱਜ ਤੱਕ ਵੀ ਇਹੀ ਜਾਰੀ ਆ, ਤੁਸੀਂ ਬੈਂਚ ਦੇਖੋ ਕਿੰਨੇ ਘੰਟੇ ਆ, ਤੁਹਾਨੂੰ ਕਿੰਨੀਆਂ ਖ਼ਬਰਾਂ, ਕਿੰਨੇ ਫੋਨ ਆਉਂਦੇ ਆ, ਫਲਾਣੇ ਨੇ ਆ ਕੀਤਾ, ਫਲਾਣੇ ਨੇ ਆ ਰੱਖਤਾ, ਜੇ ਸਾਡਾ ਨਿਸ਼ਾਨਾ ਹੈ, ਕਿਆ ਸਾਡਾ ਗੁਰੂ ਹੈ, ਕਿਆ ਸਾਡਾ ਅੰਮ੍ਰਿਤ ਹੈ, ਕਿਆ ਕੋਈ ਵਿਖਰੇ ਨੇ ਕਾਹਦੇ, ਜੇ ਕਿਸੇ ਨਾਲ ਵਿਖਰੇ ਵਿਰੇਵਾ ਵੀ ਹੈਗਾ ਤੇ ਇਹਦਾ ਮਤਲਬ ਇਹ ਉਹਨਾਂ ਦੁਸ਼ਮਣੀ ਆ। ਜਾਣੀ ਸੱਚੇ ਹੋ ਕੇ ਸਿੱਖਾਂ ਲਈ, ਖਾਲਸਾ ਰਾਜ ਲਈ ਆਪਾਂ ਨੂੰ
ਜੋਕਰ ਸਰ ਮੈਂ ਥੋੜਾ ਜਿਹਾ ਗੱਲ ਕਰਨ ਲੱਗਾ ਸੀ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਸਾਡੇ ਆਪੋ ਵਿੱਚ ਪਾਟੋ ਤਾੜ ਰਹੀ ਹੈਗੀ ਆ ਤੁਸੀਂ ਬਹੁਤ ਕੋਸ਼ਿਸ਼ ਕੀਤੀ ਮੈਂ ਵੀ ਆਪਣੇ ਲਈ ਬਹੁਤ ਕੋਸ਼ਿਸ਼ ਕੀਤੀ ਮੈਂ ਵੀ ਹੋਰ ਸੰਸਥਾ ਵਿੱਚ ਥੋੜਾ ਜਿਹਾ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਅਜੇ ਤੱਕ ਵੀ ਇੱਕ ਪਾਸੇ ਤਾਂ ਆਪਾਂ ਖਾਲਸਾ ਵਾਲੀ ਦੀ ਗੱਲ ਕਰਦੇ ਹਾਂ ਇੱਕ ਪਾਸੇ ਅਸੀਂ ਨਿੱਕੇ ਨਿੱਕੇ ਇਸ਼ੂਆਂ ਦੇ ਉੱਤੇ ਆਪਣੇ ਦੂਰੀਆਂ ਵਧਾ ਲੈਂਦੇ ਹਾਂ ਇੱਦਾਂ ਤਾਂ ਕਦੀ ਵੀ ਮੰਜ਼ਿਲ 'ਤੇ ਪਹੁੰਚਿਆ ਨਹੀਂ ਜਾ ਸਕਦਾ ਨਾ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਨਾ ਭੁਲਾਉਣੀਆਂ ਪੈਂਦੀਆਂ ਜਾਂ ਕੋਈ ਮਰਿਆਦਾ ਇਸ਼ੂ ਹੈਗਾ ਜਾਂ ਕੋਈ ਛੋਟੀ ਮੋਟੀ ਕਿਸੇ ਵੀ ਵੱਲੋਂ ਛੋਟੀ ਮੋਟੀ ਗਲਤੀ ਹੋ ਗਈ ਆ ਉਹ ਸਿਆਣੇ ਕੋਲ ਸਿੱਖਾਂ ਨੂੰ ਲੀਡਰਸ਼ਿਪ ਹੁੰਦੀ ਉਹਨੂੰ ਬਹਿ ਕੇ ਉਹਨੂੰ ਸੋਲਵ ਕਰਨਾ ਚਾਹੀਦਾ ਹੁੰਦਾ ਉਹਨੂੰ ਕਰਨ ਦੀਆਂ ਕਈ ਵਾਰੀ ਇਹ ਵੀ ਦੇਖਿਆ ਗਿਆ ਕਿ ਚਲੋ ਯੂਥ ਤਾਂ ਗਲਤੀ ਕਰ ਲੈਂਦਾ ਸਿਆਣੇ ਬੰਦੇ ਵੀ ਕਈ ਵਾਰੀ ਮੈਂ ਦੇਖਿਆ ਉਹ ਵੀ ਇਹੋ ਜਿਹੀਆਂ ਗਲਤੀਆਂ ਕਰਦੇ ਜਿਹਦੇ ਨਾਲ ਉਹ ਜਿਹੜੀ ਆ ਨਾ ਕੌਮ 'ਚ ਏਕਤਾ ਹੋਣੀ ਸੀਗੀ ਜਾਂ ਪ੍ਰਾਪਤੀ ਹੋਣੀ ਸੀਗੀਆਂ ਉਹ ਨਹੀਂ ਹੋ ਸਕੀਆਂ ਕੋਈ ਨਵੀਂ ਸੇਧ ਦੇਵੇਗੀ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਉਹਦੇ ਵਿੱਚ ਵੀ ਉਹੀ ਸੋਚ ਆ ਕਿਉਂਕਿ ਜਿਹੜੇ ਮੇਰੀ ਉਮਰ ਦੇ ਬੰਦੇ ਆ ਉਹਨਾਂ ਨੇ ਆਪਣੀ ਜਨਰੇਸ਼ਨ ਨੂੰ ਨੈਕਸਟ ਜਨਰੇਸ਼ਨ ਨੂੰ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਧਾਰਨਾਵਾਂ ਸੀ ਉਹਨਾਂ ਤੋਂ ਜਾਣੂ ਕਰਤਾ ਜਿੱਥੇ ਉਹਨਾਂ ਨੂੰ ਪੰਥਕ ਸੇਵਾ ਲਈ ਉਹਨਾਂ ਨੂੰ ਉਹਨਾਂ ਨੇ ਜਾਣੀ ਚੇਤਨ ਕੀਤਾ ਉਹਨਾਂ ਨੂੰ ਉਤਸ਼ਾਹਿਤ ਕੀਤਾ ਉੱਥੇ ਉਹਨਾਂ ਨੇ ਨਾਲ ਉਹ ਵੀ ਗੱਲਾਂ ਦੱਸੀਆਂ ਜਿਹਦੇ ਕਰਕੇ ਆਪਸੀ ਵਖਰੇਵੇਂ ਵਧਿਆ ਤੇ ਇਸ ਕਰਕੇ ਜਿਹੜੇ ਸਾਡੇ ਬਜ਼ੁਰਗਾਂ ਵਿੱਚ ਵਖਰੇਵੇਂ ਸੀ ਸਾਡੇ ਬੱਚਿਆਂ 'ਚ ਵੀ ਗਾਹ ਉਹ ਵਖਰੇਵੇਂ ਜਾਰੀ ਆ ਜਿਹੜੇ ਕੌਮ ਲਈ ਖਤਰਨਾਕ ਹੈ ਕੌਮ ਦੇ ਵਿੱਚ ਬਹੁਤ ਪੱਖੀ ਬਹੁਤ ਮੁੱਦਿਆਂ ਤੇ ਬਹੁਤ ਪੱਖੀ ਵਿਚਾਰਧਾਰਾ ਆ ਜੇ ਆਪਣੇ ਨਾਲ ਕਿਸੇ ਵਿਚਾਰਧਾਰਾ ਨਹੀਂ ਮਿਲਦੀ ਤਾਂ ਉਹ ਬਜ਼ਾਰ ਨਹੀਂ ਹੈ ਨਾ ਆਪਾਂ ਉਹਨੂੰ ਬਜ਼ਾਰ ਰੱਖਣਾ ਸੀ ਆਪਾਂ ਨਾ ਬਜ਼ਾਰ ਵਿਕਦਾਰ ਕਹਿ ਕੇ ਜਿਹੜੇ ਆਪਣੇ ਲੋਕ ਸਹਿਯੋਗੀ ਸੀ ਜਿਹੜੇ ਲੋਕ ਆਪਣੇ ਮਗਰ ਖੜ ਕੇ ਆਪਣੇ ਸਪੋਰਟਿਵ ਰੋਲ ਵਿੱਚ ਆ ਸਕਦੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਲਸਖੜੇ ਕਰ ਲਿਆ ਪਰ ਨਹੀਂ ਜਿਹੜੇ ਕਰਕੇ ਕਮਜ਼ੋਰ ਆ ਇਹ ਗਦਾਰ ਆ ਦੇਖੋ ਦਸਵੀਂ ਪਾਤਸ਼ਾਹ ਨੇ ਖਾਲਸਾ ਪੰਥ ਤਾਂ ਮਨੁੱਖਤਾ ਦੀ ਸੇਵਾ ਕਰਨ ਲਈ ਸਾਜਿਆ ਸੀ ਨਾ ਸੰਸਪਾਈ ਬਣਾਏ ਸੀਗੇ ਵੀ ਇਹਨੇ ਮਨੁੱਖਤਾ ਦੀ ਸੇਵਾ ਕਰਨੀ ਸੀ ਲੋੜ ਵੇਲੇ ਉਹਨਾਂ ਲਈ ਬੇਸ਼ੱਕ ਜਾਨ ਵੀ ਦੇਣੀ ਪਿਆ ਦੇਣੀ ਸੀਗੀ ਅਸੀਂ ਜਿਹੜਾ ਜਿਹੜਾ ਸਤਿਗੁਰਾਂ ਨੇ ਸਾਡੇ ਬਖਸ਼ਿਸ਼ ਕੀਤੀ ਸੀ ਜਿਸ ਕਾਲੇ ਖਾਲਸਾ ਫੌਜ ਸਾਜੀ ਸੀ ਪੰਥ ਸਾਜਿਆ ਸੀ ਉੱਤੋਂ ਤਾਂ ਅਸੀਂ ਸਾਰੀ એનર્ਜੀ ਆਪੋ ਵਿੱਚ ਲਾਈ ਜਾਂਦੇ ਹੈਗੇ ਆ ਤੇ એનર્ਜੀ ਲੱਗਣੀ ਚਾਹੀਦੀ ਸੀ ਉਸ ਪਾਸੇ ਇਹ ਮਿਲਣਾ ਕਈ ਵਾਰ ਲੱਗਦਾ ਤਾਂ ਏਜੰਸੀਆਂ ਨੇ ਹੀ ਬੰਦੇ ਆਪਾਂ ਨਹੀਂ ਜਾਣਦੇ ਵਿੱਚ ਸਾਡੇ ਵਿੱਚ ਕੁਛ ਨਾ ਕੁਛ ਇਹੋ ਜਿਹੇ ਨਹੀਂ ਬੰਦੇ ਵਾੜਦੇ ਹੈਗੇ ਆ ਜਿਹੜੇ ਸਾਰੇ ਸੰਸਥਾ ਨੂੰ ਇਕੱਠੇ ਹੋਣੇ ਨਹੀਂ ਦਿੰਦੇ ਹੈਗੇ ਤੁਹਾਡਾ ਕੀ ਖਿਆਲ ਇਹਦੇ ਬਾਰੇ ਇਹਦੇ ਬਿਲਕੁਲ ਮੇਰੀ ਇਹ ਪੱਕੀ ਧਾਰਨਾ ਆ ਵੀ ਜਾਣੇ ਅਣਜਾਣੇ ਵਿੱਚ ਆਪਾਂ ਆਪਣੀ ਕਮਿਊਨਿਟੀ ਦੇ ਆਪਣੇ ਭਾਈਚਾਰੇ ਦੇ ਸਿੱਖਾਂ ਵਿੱਚੋਂ ਜਿਹੜੇ ਖਿਲਾਫ ਹੈ ਤੇ ਚਲੋ ਜੇ ਕਿਸੇ ਦੇ ਨਾਂ ਥੱਲੇ ਆ ਰਿਹਾ ਉਹ ਪਾਊ ਤਾਂ ਸਰਕਾਰ ਸਿਰ ਲਾ ਨਹੀਂ ਸਕਦੇ ਨਾ ਜੇ ਹੁਣ ਮੈਂ ਆਪਣੇ ਨਾਂ ਤੇ ਕਿਸੇ ਦੇ ਵਿਰੁੱਧ ਬਿਆਨਬਾਜ਼ੀ ਕਰਾਂ ਉਹ ਮੈਂ ਸਰਕਾਰ ਸਿਰ ਤਾਂ ਲਾ ਨਹੀਂ ਸਕਦਾ ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਸਰਕਾਰ ਨੂੰ ਪਤਾ ਆ ਵੀ ਸਿੱਖਾਂ ਦੀ ਲੜਾਈ ਕਿਹੜੇ ਮੁੱਦੇ ਤੇ ਹੋਣੀ ਆ ਇਹ ਆਪਣੇ ਭਾਈ ਨਰਾਇਣ ਸਿੰਘ ਨੇ ਪ੍ਰਿੰਸੀਪਲ ਲਾਭ ਸਿੰਘ ਦਾ ਉਹਨਾਂ ਨੇ ਮਿਸਾਲ ਦਿੱਤੀ ਸੀ ਐਗਜ਼ਾਮਪਲ ਦਿੱਤੀ ਸੀ ਉਹਨੂੰ ਟੈਲੀਫੋਨ ਕਰਕੇ ਏਜੰਸੀਆਂ ਵੱਲੋਂ ਪੁੱਛਿਆ ਗਿਆ ਸੀ ਸਿੱਖਾਂ ਦੇ ਵਿੱਚ ਕਿਹੜਿਆਂ ਮੁੱਦਿਆਂ ਤੇ ਲੜਾਈ ਪੈ ਸਕਦੀ ਹੈ ਤਾਂ ਸਰਕਾਰ ਦੀ ਤਾਂ ਕੋਸ਼ਿਸ਼ ਹੁੰਦੀ ਆ ਨਾ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਆਪਾਂ ਸਰਕਾਰ ਦੀ ਕੋਸ਼ਿਸ਼ ਸਫਲ ਨਹੀਂ ਹੋਣ ਦੇਣੀ ਆਪ ਸਿਆਣੇ ਬਣਨਾ ਜੋ ਕੋਈ ਮਸਲਾ ਹੈਗਾ ਬਹਿ ਕੇ ਦੇਖ ਲਈਏ ਤਾਂ ਜਾਣੀ ਇੱਕ ਦੂਜੇ ਦੇ ਖਿਲਾਫ਼ ਹੋ ਕੇ ਆਪਾਂ ਕੌਮੀ ਨਿਸ਼ਾਨੇ ਤੋਂ ਪਤਾ ਚੱਲ ਜਾਂਦੇ ਜਿਹੜੀ ਆਪਣੀ ਐਨਰਜੀ ਕੌਮ ਦੇ ਭਲੇ ਵਾਸਤੇ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਲੱਗਣੀ ਚਾਹੀਦੀ ਉਹ ਸਾਨੂੰ ਇੱਕ ਦੂਜੇ ਨੂੰ ਨੀਵਾਂ ਦਿਖਾ ਦੇਣੇ ਲੱਗ ਜਾਂਦੀ ਜਿਹਦੇ ਨਾਲ ਫਾਇਦਾ ਕੀਤਾ ਜਾਂਦਾ ਹੁਣ ਜੇ ਆਪਾਂ ਰਹਿਤਨਾਮੇ ਪੜ੍ਹੀਏ ਉਹਦੇ ਵਿੱਚ ਤਾਂ ਵੀ ਜੇ ਕੋਈ ਸਿੱਖ ਇੱਕ ਸਿੱਖ ਨਾਲ ਲੜ ਪਵੇ ਉਹ ਸ਼ਾਮ ਤੱਕ ਇੱਕ ਦੂਜੇ ਦੇ ਨਾਲ ਸੁਲਾ ਸਮਝਣਾ ਚਾਹੁੰਦਾ ਦੋਨੇ ਤਰੰਗਾਈਏ ਜਾਣੀ ਇੱਕ ਦੂਜੇ ਦਾ ਕੋਈ ਪੁੱਠਾ ਨਾ ਲਵੇ ਕੋਈ ਚੁਗਲੀ ਕਰੇ ਸਾਰੇ ਤਨਖਾਈਏ ਹੋ ਜਾਂਦੇ ਆ ਹੁਣ ਦੇਖ ਲਓ ਆਪਣੀ ਕੌਮ ਦੇ ਵਿੱਚ ਇੱਕ ਤਾਂ ਦੇ ਆਪਾਂ ਤਾਨੇ ਮੇਰੇ ਮਾਰਦੇ ਆ ਜਾਣੀ ਜਿੰਨਾ ਚਿਰ ਕਿਸੇ ਦੀ ਕਮਜ਼ੋਰੀ ਨੂੰ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ 'ਚ ਸਾਰੀ ਪਬਲਿਕ ਦੇ ਵਿੱਚ ਦੱਸ ਨਹੀਂ ਦਿੰਦੇ ਆਪਾਂ ਨੂੰ ਰੋਟੀ ਨਹੀਂ ਹਾਜ਼ਰੀ ਹੁੰਦੀ ਜਿੱਥੇ ਕਿ ਜਿਹੜਾ ਗੁਰਸਿੱਖ ਆ ਗੁਰਸਿੱਖਾਂ ਦੇ ਪਰਦੇ ਤੱਕਦਾ ਨਾ ਜੇ ਕੋਈ ਮਸਲਾ ਹੋਵੇ ਤਾਂ ਉਹ ਯੋਗਾ ਸਿੰਘ ਜੀ ਦੇਖੋ ਮੈਂ ਵੀ 84 ਤੋਂ ਲੱਗ ਤੀਵੇਂ ਲੰਬਾ ਸਮਾਂ ਵਿੱਚ ਵਿਚਰਦਿਆਂ ਸਾਰੀਆਂ ਪੰਥ ਸਮਾਂ ਵਿੱਚ ਵਿਚਰਨ ਦਾ ਜਾਂ ਮਿਲਣ ਦਾ ਮੌਕਾ ਮਿਲਦਾ ਰਿਹਾ ਮੈਨੂੰ ਤੇ ਮੀਡੀਆ 'ਚ ਵੀ ਰਿਹਾ ਹੈਗਾ
ਅਸੀਂ ਤਾਂ ਉਦਾਂ ਇਹ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਵੀ ਕੋਈ ਘਟਨਾ ਹੁੰਦੀ ਸੀ ਤਾਂ ਸਾਰੀਆਂ ਸੰਸਥਾ ਨੂੰ ਪੁੱਛਿਆ ਜਾਂਦਾ ਸੀ ਵੀ ਇਹ ਖਬਰ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ। ਮੈਂ ਤਾਂ ਇੱਕ ਵਾਰੀ ਇੱਥੇ ਤੱਕ ਵੀ ਕਿਹਾ ਸੀ ਵੀ ਤੁਸੀਂ 5 ਮੈਂਬਰੀ ਕਮੇਟੀ ਬਣਾ ਲਓ, ਇੱਕ ਵਾਰੀ ਬਰਿੰਗਮ ਸਮੇਤ ਗੁਰਦੁਆਰਾ ਸਾਹਿਬ ਸੀਗੀ ਕਨਵੈਨਸ਼ਨ, ਮੈਂ ਕਿਹਾ ਤੁਸੀਂ ਆਪ ਲੀਡ ਕਰ ਲਓ, ਖਰਚ ਮੈਂ ਕਰੂੰਗਾ। ਤੇ ਪਰ ਕਈ ਮੈਂ ਦੇਖਿਆ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਵਿੱਚ ਹੈਗੀਆਂ ਜਾਂ ਮੀਡੀਆ ਦਰ ਵਰਤੋਂ ਹੋ ਰਹੀ ਹੈਗੀ ਆ, ਤੇ ਨਿੱਕੀ ਜਿਹਨੇ ਸੀਗਾ ਸੇਵਾ 25-30-40 ਸਾਲ ਕੀਤੀ ਆ, ਇਸ਼ਕਾਮ ਕੀਤੀ ਆ, ਉਹਨਾਂ ਨੂੰ ਇੱਕਦਮ 10-15 ਮਿੰਟਾਂ ਵਿੱਚ ਉਹਨਾਂ ਦੀ ਸਾਰੀ ਸੇਵਾ ਕੀਤੀ ਖਤਮ ਕਰਤਾ ਜਾਂਦਾ। ਬਿਲਕੁਲ ਜੀ, ਜਿਹੜੇ ਬੰਦੇ ਕਰਦੇ ਆ ਉਹਨਾਂ ਨੂੰ ਜਿਹੜਾ ਕੰਮ ਕਰ ਰਹੇ ਆ ਨਾ ਉਹਦੇ ਨੁਕਸਾਨ ਦਾ ਪਤਾ ਨਹੀਂ ਹੁੰਦਾ ਕਿੰਨਾ ਨੁਕਸਾਨ ਕਰ ਰਹੇ ਆ। ਇੱਕ ਬੰਦਾ ਲੋਕਾਂ ਦੇ ਵਿੱਚ ਪ੍ਰਵਾਨ ਹੋਣ ਨੂੰ ਆਪਣਾ ਨਾ ਸਾਰਾ ਜੀਵਨ ਲਾ ਗਿਆ ਤਾਂ ਲੋਕਾਂ ਦਾ ਉੱਥੇ ਯਕੀਨ ਵੱਜਦਾ, ਜੋ ਬੋਲ ਦਿੰਦਾ ਉਹਦੇ ਮਗਰ ਆਉਂਦੇ ਆ। ਜਦੋਂ ਆਪਾਂ ਜਾਣੇ ਅਣਜਾਣੇ ਵਿੱਚ ਉਹਨਾਂ ਨੂੰ ਟਾਰਗੇਟ ਬਣਾ ਕੇ ਲੋਕਾਂ ਦੇ ਵਿੱਚ ਉਹਨਾਂ ਦਾ ਮਜ਼ਾਕ ਉਡਾਉਣ ਦੀ ਗੱਲ ਕਰਦੇ, ਉਹਨਾਂ ਨੂੰ ਨੀਵਾਂ ਦਿਖਾ ਲੈਣ ਦੀ ਕੋਸ਼ਿਸ਼ ਕਰਦੇ, ਉਹਦੇ ਨਾਲ ਜਿਹੜੀ ਆਪਣੀ ਸਿੱਖ ਸੰਗਤ ਆ ਜਾਂ ਜਿਹੜੀ ਆਪਣੀ ਕੌਮ ਵਿੱਚ ਨਿਰਾਸ਼ਤਾ ਹੀ ਆਉਂਦੀ ਆ ਕਿ ਅਸੀਂ ਕਿਹਦੇ ਨਾਲ ਸਹਿਯੋਗ ਕਰੀਏ ਜਾਂ ਕਿਹਦੇ ਮਗਰ ਚੱਲੀਏ, ਤਾਂ ਇਹ ਤੋਂ ਸੁਚੇਤ ਰਹਿਣਾ ਚਾਹੀਦਾ। ਜਿਹੜੀ ਸਰਕਾਰ ਹੁੰਦੀ ਆ ਨਾ ਉਹਨਾਂ ਨੇ ਹੱਥ ਕੰਡੇ ਵਰਤਣੇ ਹੁੰਦੇ ਆ, ਕਰਕੇ ਉਹਨਾਂ ਨੇ ਦੇਖਣਾ ਹੁੰਦਾ ਵੀ ਇਹ ਸਾਡੇ ਥੱਲੇ ਜਾਵਾ ਗੁਲਾਮ ਕਿੱਦਾਂ ਰੱਖੇ ਜਾ ਸਕਦੇ, ਅਸੀਂ ਆਪਣੇ ਕਾਬੂ ਚ ਕਿੱਦਾਂ ਰੱਖ ਸਕਦੇ। ਇਹ ਸਿੱਖ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਨਾਂ ਦੀ ਚਾਲ ਨੂੰ ਸਮਝ ਕੇ ਉਹਦਾ ਬਦਲ ਦੇਣਾ, ਤਾਂ ਉਹਦੇ ਵਿੱਚੋਂ ਸੁਚੇਤ ਆਪ ਵੀ ਉਹਨਾਂ ਦਾ ਕੋਲ ਹੁੰਦਾ। ਜਿਸ ਹਿਸਾਬ ਨਾਲ ਆਪਾਂ ਖਾਲਸਾ ਸਾਜਿਆ ਸੀ ਨਾ, ਮੈਨੂੰ ਤਾਂ ਲੱਗਦਾ ਪਤਾ ਨਹੀਂ ਇੰਨੀ ਬਾਣੀ ਵੀ ਅਸੀਂ ਪੜ੍ਹਦੇ ਹਾਂ, ਸੁਣਦੇ ਵੀ ਹਾਂ, ਉਹ ਸਾਡੇ ਜੀਵਨ ਦੇ ਵਿੱਚ ਨਾ ਉਹਦਾ ਉਹਦਾ ਵਿਚਰ ਨਹੀਂ ਰਿਹਾ ਸੀ। ਸਦਾ ਹੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਮੈਂ ਜਿੱਥੇ ਦੇਖਿਆ ਹੈਗਾ ਜਾਂ ਮੂਹਰੇ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸਦਾ ਹੀ ਤਾਂ ਬੜਾ ਸੌਖਾ ਦੇਖਾ ਹੁੰਦਾ, ਜੇ ਬੰਦੇ ਗੁਣ ਹੈਗੇ ਉਹਨੂੰ ਉਹਨੂੰ ਕਹੋ ਵੀ ਤੁਸੀਂ ਭਾਈ ਲੀਡ ਕਰੋ ਬਸ, ਠੀਕ ਆ। ਹਾਂਜੀ ਹਾਂਜੀ, ਦੇਖੋ ਜੀ ਜਿਹੜੀ ਸਰਕਾਰ ਆ ਉਹ ਨਰਾਇਣ ਸਿੰਘ ਨੇ ਪਿਛਲੇ ਦਿਨੀ ਇੱਕ ਲੇਖ ਲਿਖਿਆ ਸੀ, ਮੈਂ ਤੁਹਾਨੂੰ ਉਹਦੇ ਵਿੱਚ 5-4 ਉਹਨਾਂ ਦੇ ਦੱਸਦਾ ਜਿਹੜੇ ਉਹਨਾਂ ਨੇ ਲਿਖੇ ਸੀ। ਜਿਹੜੀ ਸਰਕਾਰ ਆ ਨਾ ਉਹ ਚਾਹੁੰਦੀ ਆ ਭਗਤ ਜਜ਼ਬਾ ਤੇ ਕੌਮੀ ਅਣ ਖਤਮ ਕਰਨੀ, ਵੀ ਉਹ ਦੇਸ਼ ਭਗਤੀ ਦਾ ਜਨੂੰਨ ਪੈਦਾ ਕਰਕੇ ਸਿੱਖਾਂ ਵਿੱਚ ਪੰਥ ਜਜ਼ਬਾ ਤੇ ਕੌਮੀ ਅਣ ਖਤਮ ਕਰਨੀ ਤੇ ਦੇਸ਼ ਭਗਤ ਦੇਸ਼ ਸੇਵਕ ਤੇ ਹਿੰਦੁੱਤਾਂ ਦੇ ਹਿੰਦੂਆਂ ਦੇ ਰਾਖੇ ਬਣਾਉਣਾ, ਇਹ ਉਹਨਾਂ ਨੇ ਪ੍ਰਚਾਰ ਕੀਤਾ। ਤੇ ਇਹਦੇ ਵਿੱਚ ਕੌਸਾ ਆਪਣੀ ਕੌਮ ਦਾ ਕਾਫੀ ਵੱਡਾ ਹਿੱਸਾ ਇਹਦੇ ਵਿੱਚ ਫਸ ਵੀ ਗਿਆ। ਫਿਰ ਉਹਨਾਂ ਦਾ ਦੂਜਾ ਏਜੰਡਾ ਹੈਗਾ ਅਟਰੀ ਕੌਮ ਕੌਮੀ ਪਛਾਣ ਬਣਾਉਣੀ, ਸਿੱਖ ਕੌਮ ਦੀ ਅਟਰੀ ਕੌਮੀ ਪਛਾਣ ਬਣਾਉਣ ਲਈ ਕਾਨੂੰਨ ਬਣਾਉਣੇ, ਤਾਂ ਜੋ ਸਿੱਖ ਆਪਣੇ ਆਪ ਨੂੰ ਹਿੰਦੂਆਂ ਨਾਲ ਪ੍ਰਵਾਨ ਕਰਕੇ ਵੱਖਰੇ ਖਾਲਸਾ ਰਾਜ ਦਾ ਹੱਕੀ ਛੱਡ ਦੇਣ। ਸਰਕਾਰ ਨੇ ਤਾਂ ਕਰਨਾ ਹੁੰਦਾ, ਆਪਾਂ ਇਹਦੇ ਵਿੱਚ ਆਪਣਾ ਕਾਫੀ ਵੱਡਾ ਹਿੱਸਾ ਇਹਦੇ ਵਿੱਚ ਵੀ ਫਸ ਗਿਆ। ਇਤਿਹਾਸ ਦੇ ਫਲਸਫੇ ਨੂੰ ਵਿਗਾੜਨਾ, ਗੁਰ ਇਤਿਹਾਸ ਸਿੱਖ ਇਤਿਹਾਸ ਦੇ ਗੁਰਮਤ ਫਲਸਫੇ ਨੂੰ ਵਿਗਾੜ ਕੇ ਹਿੰਦੂ ਤੱਤ ਦੇ ਸੰਦਰਭ ਵਿੱਚ ਪੇਸ਼ ਕਰਨਾ ਅਤੇ ਮੁਗਲਾਂ ਤੇ ਅੰਗਰੇਜ਼ਾਂ ਨਾਲ ਜੰਗਾਂ ਕੀਤੀਆਂ ਕੁਰਬਾਨੀਆਂ ਨੂੰ ਹਿੰਦੁਸਤਾਨ ਦੇ ਹਿੰਦੂਆਂ ਲਈ ਕੀਤੀਆਂ ਜੰਗਾਂ ਨਾਲ ਕੁਰਬਾਨੀਆਂ ਪ੍ਰਚਾਰਨਾ, ਜਾਣੀ ਤੁਸੀਂ ਵੀ ਦੇਖਿਆ ਹੋਣਾ ਜਦੋਂ ਆਪਾਂ ਸਕੂਲਾਂ ਚ ਪੜ੍ਹਦੇ ਆਪਾਂ ਨੂੰ ਮੁਗਲ ਇਤਿਹਾਸ ਪੜ੍ਹਾਇਆ ਜਾਂਦਾ, ਹੁਣ ਵੀ 84 ਤੋਂ ਵੱਧ ਵਾਲਾ ਪੜ੍ਹਾਇਆ ਵੀ ਜਾਂਦਾ ਜਾਂ ਗੁਰੂਆਂ ਬਾਰੇ ਜਾਣਕਾਰੀ ਤਾਂ ਦਿੱਤੀ ਨੀ ਜਾਂਦੀ। ਤੇ ਚੌਥਾ ਸਿਰਾ ਦਾ ਡਰ ਪੈਦਾ ਕਰਨਾ, ਕਤਲੇਆਮ ਕਰਕੇ ਜੇਲ੍ਹਾਂ ਚ ਕਰਕੇ ਤਸ਼ੱਦਦ ਕਰਕੇ ਤੇ ਸਖ਼ਤ ਕਾਲੇ ਕਾਨੂੰਨਾਂ ਦੀ ਵਰਤੋਂ ਕਰਕੇ ਸਿੱਖਾਂ ਤੇ ਅਜਿਹਾ ਡਰ ਪੈਦਾ ਕਰਨਾ ਤਾਂ ਜੋ ਆਪਣੇ ਹੱਕਾਂ ਲਈ ਸਰਕਾਰ ਨਾਲ ਕਦੇ ਹੀ ਆਈ ਨਾ ਕਰਨ, ਲੜਨ ਦਾ ਹੀ ਆਈ ਨਾ ਕਰਨ। ਪੰਜਵਾਂ ਜਿੱਥੇ ਆਪਾਂ ਹੁਣ ਗੱਲ ਕਰ ਰਹੇ ਸੀ ਵਿਵਾਦ ਮੁੱਦਿਆਂ ਵਿੱਚ ਲਜਾਉਣਾ, ਸਿੱਖਾਂ ਨੂੰ ਆਪਸੀ ਵਿਵਾਦ ਮੁੱਦਿਆਂ ਧਰਮ ਮੁੱਦਿਆਂ ਵਿੱਚ ਲਿਜਾ ਕੇ ਆਪਸ ਵਿੱਚ ਲੜਾਉਣਾ ਤਾਂ ਜੋ ਸਰਕਾਰ ਨਾਲ ਟੱਕਰ ਲੈਣ ਦੀ ਥਾਂ ਆਪਸ ਵਿੱਚ ਹੀ ਉਲਝੇ ਰਹਿਣ। ਛੇਵਾਂ ਸਿੰਘਾਂ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨਾ, ਗੁਰਦੁਆਰਾ ਸਾਹਿਬ ਸੰਤਾਂ ਨੂੰ ਪਾਠ ਪੂਜਾ ਦਾ ਸਥਾਨ ਕੇ ਖਾਲਸੇ ਰੂਹ ਕੱਢ ਦੇਣ ਦਾ ਯਤਨ ਕਰਨਾ ਤੇ ਸਰਕਾਰ ਪੱਖੀ ਬੰਦਿਆਂ ਨੂੰ ਸਥਾਪਿਤ ਕਰਕੇ ਸਿੱਧੇ ਅਸਿੱਧੇ ਤਰੀਕੇ ਨਾਲ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨਾ ਤਾਂ ਜੋ ਉਹਨਾਂ ਦੀ ਵਰਤੋਂ ਸਰਕਾਰੀ ਹਿੱਤ ਤੇ ਪੰਥ ਵਿਰੁੱਧ ਕੀਤੀ ਜਾ ਸਕੇ। ਗਾਣਾ ਹੈਗਾ ਜੀ ਪੰਥਕ ਰਾਜਨੀਤੀ ਦੇ ਗੁਲਾਮ ਸੋਚ ਦੀ ਸਾਬਤੀ, ਮੀਰੀ ਪੀਰੀ ਦੀ ਸਮੇਤਾ ਵਾਲੀ ਪੰਥਕ ਸਿਆਸਤ ਨੂੰ ਕਾਨੂੰਨ ਨਾਲ ਤੋੜ ਕੇ ਪੰਥਕ ਰਾਜਨੀਤੀ ਤੇ ਹਿੰਦੂ ਧਰਮ ਨੂੰ ਸਮਰਪਿਤ ਗੁਲਾਮ ਸੋਚ ਦੇ ਧਾਰਨੀ ਪੰਥਕ ਗਦਾਰਿਆਂ ਨੂੰ ਸਮਾਪਤ ਕਰਨਾ। ਇੱਕ ਹੋਰ ਗੈਰ ਪੰਜਾਬੀ ਨੂੰ ਪੰਜਾਬ ਵਿੱਚ ਵਸਾਉਣਾ, ਸਿੱਖਾਂ ਦੀ ਮਾਤਭੂਮੀ ਪੰਜਾਬ ਵਿੱਚ ਭਈਆਂ ਤੇ ਗੁਜਰਾਤ ਗੈਰ ਪੰਜਾਬੀਆਂ ਤੇ ਗੈਰ ਸਿੱਖਾਂ ਨੂੰ ਸਾਖੇ ਸਿੱਖਾਂ ਦੀ ਘੱਟ ਗਿਣਤੀ ਕਰਨਾ, ਮੇਰਾ ਘਰ ਕੇਵਲ ਹੁਣ ਘੱਟ ਗਿਣਤੀ ਚ ਹੋਊਗਾ ਜਾਂ ਹੁਣੇ ਵਾਲੇ ਹੋਣੇ ਆ, ਬਾਕੀ ਤੁਸੀਂ ਜਾਣਦੇ ਰਹਿੰਦੇ, ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਦੇ ਹੋ। ਦੇਹਧਾਰੀ ਗੁਰੂ ਦੰਮ ਦਾ ਪ੍ਰਸਾਦ, ਸਿੱਖਾਂ ਦੀ ਪਿੱਤਰ ਭੂਮੀ ਪੰਜਾਬ ਵਿੱਚ ਦੇਹਧਾਰੀ ਗੁਰੂ ਦੰਡ ਨੂੰ ਸਥਾਪਿਤ ਕਰਨਾ ਤਾਂ ਜੋ ਸਿੱਖਾਂ ਦੀ ਤਾਕਤ ਇਹਨਾਂ ਨਾਲ ਲੜਾਈ ਕਰਨ ਵਿੱਚ ਨਸ਼ਟ ਹੁੰਦੀ ਰਹੇ ਤੇ ਸਰਕਾਰ ਨੂੰ ਲੜਨ ਤੋਂ ਧਿਆਨ ਹਟ ਜਾਏ।
ਪਾਤਸ਼ਾਹੀ ਨੂੰ ਉਤਸ਼ਾਹ ਕਰਨ, ਅਸ਼ਲੀਲਤਾ ਤੇ ਫੈਸ਼ਨ ਪ੍ਰਸਤੀ ਦਾ ਪ੍ਰਚਾਰ ਤੇ ਪ੍ਰਸਾਰ ਤੇ ਸਿੱਖਾਂ ਵਿੱਚ ਪਾਤਸ਼ਾਹੀ ਦੀ ਬੁਰਾਈ ਨੂੰ ਉਤਸ਼ਾਹਿਤ ਕਰਨਾ। ਤੇ ਅਗਲਾ ਹੈਗਾ ਨਸ਼ਿਆਂ ਦਾ ਫਲਾ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਹੜ੍ਹ ਵਿੱਚ ਰੋੜਨਾ, ਤੋਂ ਜੋ ਪੰਜਾਬੀ ਅਤੇ ਖਾਸ ਕਰਕੇ ਆਪਣੇ ਹੱਕਾਂ ਦੇ ਮੰਗਾਂ ਲਈ ਸੰਘਰਸ਼ ਕਰਨ ਯੋਗੇ ਹੀ ਨਾ ਰਹਿਣ। ਅਗਲਾ ਹੈ ਵਿਦਿਅਕ ਨੀਤੀ, ਵਿਦਿਆ ਖੇਤਰ ਵਿੱਚ ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੇ ਤਾਂ ਹਿੰਦੀ ਅਤੇ ਅੰਗਰੇਜ਼ੀ ਨੂੰ ਠੋਸਣਾ, ਸਿੱਖ ਇਤਿਹਾਸ ਦੇ ਗੁਰਮੁਖ ਫਲਸਫੇ ਨੂੰ ਵਿਗਾੜਨਾ, ਭਾਵੇਂ ਪੰਜਾਬੀਆਂ ਅਤੇ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਮਾਂ ਬੋਲੀ ਤੋਂ ਟੁੱਟ ਜਾਣ ਅਤੇ ਸਹੀ ਇਤਿਹਾਸ ਦੇ ਫਲਸਫੇ ਨੂੰ ਨਾ ਜਾਣ ਸਕਣ। ਅਗਲਾ ਹੈਗਾ ਜੀ ਖਾਲਸਾ ਰਾਜ ਦਾ ਸੰਕਲਪ ਮਿਟਾਉਣਾ, ਸਿੱਖ ਹਿਰਦਿਆਂ ਵਿੱਚ ਉੱਕਰਿਆ ਖਾਲਸਾ ਰਾਜ ਸੰਕਲਪ ਮਿਟਾ ਕੇ ਉਹਨਾਂ ਨੂੰ ਇਸ ਸੋਚ ਨਾਲ ਬਦਲਾਉਣਾ ਕਿ ਹਿੰਦੁਸਤਾਨ ਦੀ ਆਜ਼ਾਦੀ ਸਿੱਖ ਗੁਰੂਆਂ ਅਤੇ ਸਿੱਖਾਂ ਦਾ ਰਾਜੀ ਨਿਸ਼ਾਨਾ ਸੀ, ਹੁਣ ਹਿੰਦੁਸਤਾਨ ਆਜ਼ਾਦ ਹੈ ਤੇ ਇਸਦੀ ਆਜ਼ਾਦੀ ਦੀ ਰੱਖਿਆ ਕਰਨੀ ਸਿੱਖਾਂ ਦਾ ਧਰਮ ਤੇ ਫਰਜ਼ ਹੈ। ਹਿੰਦੂ ਸਰਕਾਰ ਨੇ ਇੱਕ ਪਾਸੇ ਖਾਲਸੇ ਤੇ ਮਾਰੂ ਹਮਲਾ ਜਾਰੀ ਰੱਖਿਆ ਹੋ ਤੇ ਦੂਜੇ ਪਾਸੇ ਸਿੱਖਾਂ ਨੂੰ ਬਰਗਾਉਣ, ਛਲਣ, ਗੁਮਰਾਹ ਕਰਨ, ਫੁੱਟ ਪਾਉਣ, ਖੋਣ ਦੇ ਨਿਸ਼ਾਨੇ ਤੋਂ ਹਟਾਉਣ ਦੇ ਯਤਨ ਜਾਰੀ ਰੱਖੇ ਆ ਤੇ ਤੀਜੇ ਪਾਸੇ ਸਿੱਖਾਂ ਨੂੰ ਅੱਤਵਾਦੀ ਵਕਫ ਅਤੇ ਹਿੰਦੁਸਤਾਨ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਦੱਸ ਕੇ ਵਿਦੇਸ਼ੀ ਮੁਲਕਾਂ ਵਿੱਚ ਬਦਨਾਮ ਕੀਤਾ ਜਾ ਰਿਹਾ। ਵਿਦੇਸ਼ਾਂ ਨਾਲ ਸਿੱਖਾਂ ਦੀ ਹਵਾਲਗੀ ਕਾਰਨ ਉਹਨਾਂ ਨੇ ਸਰਗਰਮੀਆਂ ਤੋਂ ਨਜ਼ਰ ਰੱਖਣ ਲਈ ਖੁੰਦੀ ਦੁਕਾਨ ਕੇਸ ਲਾਉਣ ਦੀਆਂ ਸਮੀਆਂ ਸਮਝੌਤੇ ਕੀਤੇ ਜਾ ਰਹੇ ਜੋ ਵੱਡੀ ਪੱਧਰ ਤੇ ਘੁਸਪੈਠ ਵੀ ਕਰ ਲਈ ਗਈ ਹੈ। ਇਹ ਜਿਹੜੇ ਜਿਹੜੀ ਆਹ ਨਾ ਕਾਰਨ ਆ ਇਹ ਬੜੇ ਜੋਗਾ ਸਿੰਘ ਮੈਂ ਤੁਹਾਡੀ ਸੁਣੇ ਆ 11-12 ਪੁਆਇੰਟ ਤੁਸੀਂ ਲਿਆਂਦੇ ਆ ਠੀਕ ਆ, ਪਰ ਇਹ ਬਹੁਤੇ ਜਿਹੜੀਆਂ ਚੀਜ਼ਾਂ ਸੀਗੀਆਂ ਇਹਨਾਂ ਨੂੰ ਅਸੀਂ ਜਿਹੜਾ ਸੀਗਾ ਉਹਨਾਂ ਦਾ ਉਹਨਾਂ ਦੇ ਆਪਾਂ ਕੋਸ਼ਿਸ਼ ਕਰਨੀ ਸੀ ਵੀ ਇਹ ਨਾ ਕਰ ਸਕਣ, ਉਹ ਲਈ ਨਾ ਸ਼੍ਰੋਮਣੀ ਕਮੇਟੀ ਕੋਲ ਕੁਛ ਉਦਮ ਹੋਇਆ, ਅਕਾਲੀ ਦਲ ਵੱਡਾ ਸੀਗਾ ਉਹਨਾਂ ਨਾਲ ਆਪ ਹੀ ਰਲ ਗਿਆ, ਸਾਂਝੀਦਾਰ ਬਣ ਗਿਆ ਰਾਜ ਭਾਗ ਲੈਣ ਦੇ ਲਈ। ਤੇ ਗੁਰਦੁਆਰੇ ਜਿੱਥੇ ਸਤਿਗੁਰੂ ਦਾ ਮੈਸੇਜ ਆਉਣਾ ਸੀਗਾ 10ਵੀਂ ਪਾਤਸ਼ਾਹ ਦਾ, ਪਹਿਲੀ ਪਾਤਸ਼ਾਹ ਦਾ, ਉਹ ਗੁਰਦੁਆਰਿਆਂ ਦੇ ਵਿੱਚ ਤੀਵਨ ਤੀਵਨ ਗਿਆਨੀਆਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਹੈਗੀ, ਉਹ ਸੰਗਤ ਜਿਹੜੀ ਜਾਂਦੀ ਕੋਈ ਨਹੀਂ ਹੈਗੀ। ਸਾਡੇ ਜਿੰਨੇ ਪ੍ਰਚਾਰਕ ਜਿਨ੍ਹਾਂ ਨੇ ਕੌਮ ਦੇ ਵਿੱਚ ਏਕਤਾ ਲਿਆਉਣੀ ਸੀ, ਪਿਆਰ ਵਧਾਉਣਾ ਸੀਗਾ, ਜਾਂ ਉਹਨਾਂ ਦੇ ਜਿਹੜੇ ਦੁਸ਼ਮਣੀ ਚਾਲਾਂ ਨੂੰ ਫੇਲ ਕਰਨਾ ਸੀਗਾ, ਉਹ ਬਹੁਤੇ ਪ੍ਰਚਾਰਕ ਜਿਹੜੇ ਆ ਉਹ ਆਪ ਉਹਨਾਂ ਦੇ ਪਤਾ ਨਹੀਂ ਇਸ਼ਾਰਿਆਂ ਦੇ ਚੱਲਦੇ ਹੈਗੇ ਆ, ਜਿਹਦੇ ਕਿਤੇ ਵੀ ਆਉਂਦੇ ਫੁੱਟ ਪਾਉਂਦੇ ਹੈਗੇ ਆ। ਜੇ ਸਾਡੀ ਕੌਮ ਦੀ ਲੀਡਰਸ਼ਿਪ ਦੇ ਵਿੱਚ ਨਾ ਆਪਣੇ ਗੁਰੂ ਘਰਾਂ ਨੇ ਇਕੱਲਾ ਸੰਭਾਲ ਲੈਂਦੀ ਨਾ, ਸਪੈਸ਼ਲੀ ਲੱਖ ਤੋਂ ਉੱਪਰ ਗੁਰਦੁਆਰਾ ਮੈਂ ਬਹੁਤ ਸਾਰੇ ਗੁਰਦੁਆਰਿਆਂ ਨੂੰ ਜਾ ਕੇ ਦੇਖ ਕੇ ਆਇਆ, ਤੇ ਮੇਰੇ ਖਿਆਲ ਮੈਂ ਇਹ ਵੀ ਕਹਿ ਦਿਆਂ ਵਿੱਚ 80,000 ਦੀ ਤਨਖਾਹ ਨਹੀਂ ਦਿੱਤੀ ਜਾਂਦੀ ਤੇ ਉਹ ਸੰਗਤ ਵੀ ਉੱਥੇ ਕੋਈ ਨਹੀਂ ਜਾਂਦੀ। ਇੰਨੇ ਵੱਡੇ ਸਾਡੇ ਕੋਲ ਪ੍ਰਚਾਰ ਦੇ ਅਦਾਰੇ ਸੀਗੇ, ਅਸੀਂ ਜੇ ਕਿਤੇ ਉਹਨਾਂ ਦੇ ਵਿੱਚ ਚੰਗੇ ਗਿਆਨੀ ਕਿਤੇ 10% ਵੀ ਲਾਉਂਦੇ ਨਾ ਤੇ ਕੌਮ ਜਿਹੜਾ ਜੋ ਕੁਛ ਹੋਇਆ ਇਹ ਹੋਣਾ ਨਹੀਂ ਸੀ ਕੁਛ ਵੀ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਜਿਹੜੇ ਗੁਰੂ ਘਰ ਆ ਇਹ ਆਪਣੇ ਪ੍ਰਚਾਰ ਦਾ ਸਾਧਨ ਸੀ, ਜਿੱਥੋਂ ਕਿ ਆਪਾਂ ਸੰਗਤਾਂ ਨੂੰ ਪ੍ਰਚਾਰ ਕਰਕੇ ਆਪਣਾ ਪੱਖ ਜਾਂ ਆਪਣਾ ਖਾਲਸਾ ਰਾਜ ਦਾ ਜਿਹਨੂੰ ਸੁਧਾਰ ਦਾ ਜਨਮ ਕਰਵਾ ਸਕਦੇ ਸੀਗੇ, ਪਰ ਅਨਫੋਰਚੁਨੇਟਲੀ ਸਾਡੀ ਮਰਜ਼ਾਦਾ ਦੇ ਵਿਖਰੇਵਾਂ ਕਰਕੇ, ਸਾਡੇ ਆਪਸੀ ਵਿਚਾਰਾਂ ਦੇ ਵਿਖਰੇਵਾਂ ਕਰਕੇ ਅਸੀਂ ਜਿਹੜੀ ਸਾਰੀ ਐਨਰਜੀ ਆ ਉਹ ਪ੍ਰਚਾਰ ਵੱਲ ਘੱਟ ਵਰਤੀ ਤੇ ਆਪਸੀ ਵਿਖਰੇਵਾਂ ਲਈ ਜ਼ਿਆਦਾ ਵਰਤ ਲਈ। ਚਲੋ ਇਹਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੁਣ ਵੀ ਜਿਹੜੇ ਆਪਾਂ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ, ਆਪਾਂ ਉਹਨਾਂ ਨੂੰ ਸਾਰੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ, ਹਰ ਸਾਲ ਕਰੀਦਾ। ਪਰ ਜੇ ਆਪਾਂ ਬਸ ਯਾਦ ਕਰਕੇ 2-4 ਪ੍ਰੋਗਰਾਮ ਕਰਕੇ ਆਪਣੇ ਜੀਵਨ ਦੇ ਵਿੱਚ ਜਾਂ ਆਪਣੇ ਆਲੇ ਦੁਆਲੇ ਕੋਈ ਤੇਤੀ ਨਹੀਂ ਲੈਂਦੀ, ਫਿਰ ਆਪਣਾ ਵੀ ਆ ਪ੍ਰੋਗਰਾਮ ਕੀਤਿਆਂ ਦਾ ਕੋਈ ਫਾਇਦਾ ਨੀ। ਆਪਾਂ ਸਾਰੇ ਪ੍ਰਣ ਕਰੀਏ ਵੀ ਅਸੀਂ ਕੋਸ਼ਿਸ਼ ਕਰਦੀ ਹਾਂ ਆਪਣੇ ਭਾਰਤ ਦੇ ਵਿੱਚ ਏਕਤਾ ਲਿਆਉਣ ਦੀ, ਇੱਕ ਦੂਜੇ ਨਾਲ ਮਿਲਵਰਤਨ ਵਧਾਉਣ ਦੀ, ਤਾਂ ਜੇ ਇੱਕ ਦੂਜੇ ਦੀ ਗੱਲ ਸਹਿਣਸ਼ੀਲਤਾ ਨਾਲ ਸੁਣ ਸਕੇ। ਖਾਸ ਕਰਕੇ ਜ਼ਿੰਮੇਵਾਰੀ ਪਾਸਾ ਪ੍ਰਚਾਰ ਕਰਨ ਦੀ ਜ਼ਿਆਦਾ ਹੁੰਦੀ ਹੈ, ਤੇ ਪ੍ਰਚਾਰਕ ਨੇ ਸਾਰੀ ਦੁਨੀਆਂ ਚ ਜਾਣਾ ਹੁੰਦਾ, ਵਧੀਆ ਵਧੀਆ ਪ੍ਰਚਾਰਕ ਕੌਮ ਦੇ ਵਿੱਚ ਉਹ ਅਜਿਹੀਆਂ ਸਾਖੀਆਂ ਖੋਲੇ ਸੀਗੇ। ਮੈਂ ਕੁਦਰਤ ਆਪਣੇ ਸਕੂਲ 1923 ਦੇ ਵਿੱਚ ਸਾਡੇ ਪਿੰਡ ਛੰਕ ਚ ਸਕੂਲ ਖੋਲਿਆ ਸੀ, ਤੇ ਉਸ ਵੇਲੇ ਚਿੱਟੇ ਬਸਤਰ ਤੇ ਨੀਲੀ ਦਸਤਾਰ ਉਹਨਾਂ ਦੀ ਹੁੰਦੀ ਸੀਗੀ, ਸਵੇਰ ਨੂੰ ਅੱਧਾ 1.25 ਘੰਟਾ ਗੁਰਬਾਣੀ ਪੜ੍ਹ ਹੁੰਦੀ ਸੀਗੀ, ਗੱਤਕਾ ਵੀ ਇੱਥੇ ਸਿਖਾਇਆ ਜਾਂਦਾ ਸੀਗਾ, ਬਹੁਤ ਹੀ ਜਿਹੜਾ ਜਿੱਦਾਂ ਫਰਨੀਚਰ ਹੁਣ ਵੀ ਹੈ ਨੀਗਾ, ਹੈ ਨਾ ਇਹਨਾਂ ਸਕੂਲਾਂ 'ਚ ਹੈ ਨੀਗਾ, ਇੱਦਾਂ ਦਾ ਫਰਨੀਚਰ ਤੇ ਅਸੀਂ ਆਪ ਪੜ੍ਹੇ ਹਾਂ ਜਦੋਂ ਅਸੀਂ ਵੀ ਪੜ੍ਹੇ ਹਾਂ 55-68 ਦੇ ਵਿੱਚ, ਅਤੇ ਹੁਣ ਉੱਥੇ ਉਹ ਮਾਹੌਲ ਹੀ ਹੈ ਨਹੀਂ ਸਕੂਲ ਸਾਰੇ, ਜਦੋਂ 47 ਤੋਂ ਬਾਅਦ ਸਾਰੇ ਸਕੂਲ ਜਿੰਨੇ ਵੀ ਖਾਲਸਾ ਪੰਥ ਦੀ ਜਾਇਦਾਦ ਦੇ ਸੀਗੀ, ਜੇ ਨਹੀਂ ਸਿੱਖੀ ਦਾ ਪ੍ਰਚਾਰ ਕਰਨਾ ਸੀ ਉਹ ਪਤਾ ਨਹੀਂ ਕਿਹੜੀ ਨੀਤੀ ਦੇ ਤਹਿਤ ਸਾਰੇ ਸਕੂਲ ਸਰਕਾਰ ਨੂੰ ਫਰੀ ਦੇ ਦਿੱਤੇ ਗਏ। ਹੁਣ ਦੁਬਾਰਾ ਫੇਰ ਸਕੂਲ ਮੁਹਿੰਮ ਖੋਲ੍ਹਣੀ ਚੱਲ ਰਹੀ ਹੈਗੀ ਹੈ, ਅਤੇ ਉਸ ਵੇਲੇ ਪਿੰਡਾਂ ਦੇ ਵਿੱਚ ਕੋਈ ਵੀ ਬੰਦਾ ਸਾਡੇ ਪਿੰਡਾਂ 'ਚ ਕੋਈ ਸਹਿਤਾਰੀ ਸਿੱਖ ਨਹੀਂ ਹੁੰਦਾ ਸੀਗਾ,
ਤੇ ਜੇ ਕੋਈ ਮਾੜਾ ਮੋਟਾ ਸ਼ਰਾਰ ਕਰਦਾ ਸਾਰਾ ਪਿੰਡੀਆਂ ਨੂੰ ਜਿੱਦਾਂ ਨਾ ਸਖ਼ਤ ਸਜ਼ਾ ਦਿੰਦਾ ਸੀ ਤਾਂ ਕੁੱਟਣ ਤੱਕ ਜਾਂਦੇ ਹੁੰਦੇ ਵੀ ਤੇਰੀ ਹਿੰਮਤ ਕਿੱਦਾਂ ਪੈ ਗਈ ਵਾਲ ਕਟਾਉਣ ਲਈ। ਹੁਣ ਬਿਲਕੁਲ ਉਹ ਮਾਹੌਲ ਹੈ ਹੀ ਨਹੀਂ ਉੱਥੇ ਕੋਈ ਵੀ। लेटेस्ट न्यूज अपडेट्स ले पंजाब टाइम्स के यूट्यूब चैनल नू सब्सक्राइब करो और बैल आइकन नू दबाओ ता जो तुहानू नोटिफिकेशन मिल सकन।